ਵਾਹਿਗੁਰੂ 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 ਜੀ ਡੰਡਾਵਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾਰੀ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਕਰ ਹੱਥ ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਮੋਹੇ ਪਰਦੇਸਣ ਦੂਰ ਤੇ ਆਈ ਮੋਹੇ ਪਰਦੇਸਣ ਦੂਰ ਤੇ ਆਈ ਮੋਹੇ ਪਰ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ
ਆਪਣੇ ਆਪ ਜੀ ਨੇ ਕੀਰਤਨ, ਆਪਣੇ ਬਾਪੂ ਦੀ ਕਹਾਣੀ ਉਚਾਰਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਸਤਤ ਸਾਰੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਪਿਤਾ ਮੇਰੋ। ਜਦੋਂ ਪਿਤਾ ਸ਼ਬਦ ਆ ਜਾਏ ਨਾ ਪਿਤਾ, ਤਾਂ ਉਸੇ ਵੇਲੇ ਹੀ ਫੋਕਸ ਕਰ ਲਿਆ ਕਰੋ ਆਪਣੀ ਸੁਰਤ ਨੂੰ ਕਿਹਦੇ ਚਰਨਾਂ 'ਚ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 'ਚ। ਉਸਤਤ ਕੌਣ ਕਰੀ ਜੇ ਕਰਦੇ, ਵੇਖ ਰਹੇ ਪੀ ਲੈਂਦੇ ਹੋ, ਪੀਤਾ ਹੈ ਕਦੇ ਰਣਜੀਤ ਸਿੰਘ? ਚਲੋ ਤੁਸੀਂ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਸਤਤ ਕੌਣ ਕਰੇ ਤੇਰੀ, ਵੇਖ ਕੇ ਹੀ ਬਿਸਮ 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 ਹੀ ਪਈ ਹੈ ਤੇਰੇ ਲੱਗੇ। ਤੇਰੇ ਲੱਗੇ ਦਰਬਾਰ ਨੂੰ ਵੇਖ ਕੇ ਤੇਰਾ ਸੱਜਿਆ ਦਰਬਾਰ ਵੇਖਿਆ, ਤੇਰਾ ਸੱਜਿਆ ਦਰਬਾਰ ਵੇਖਿਆ, ਤੇ ਰਾਏਪੁਰ ਦੀ ਰਾਣੀ ਆਈ। ਸੁਣਿਆ ਰਾਏਪੁਰ ਦੀ ਰਾਣੀ, ਜਿਹਨਾਂ ਨਹੀਂ ਸੁਣਿਆ, ਪੰਚਕੂਲੇ ਦੇ ਕੋਲ ਆ ਹਰਿਆਣੇ ਦੇ ਵਿੱਚ ਇਹ ਜਗ੍ਹਾ। ਰਾਣੀ ਦਰਸ਼ਨ ਕਰਨ ਆਈ, ਵੇਖ ਰਹੇ ਬਿਸਮਾ 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 ਹੋ ਗਈ, ਲੱਗਿਆ ਦਰਬਾਰ ਵੇਖਿਆ। ਰਾਜਾ ਨਾਲ ਆਇਆ ਸੀ, ਨਾਲ ਉਹਦੇ ਦੋਸਤ ਰਾਜੇ ਆਏ ਸੀ ਰਾਏਪੁਰ ਦੇ, ਰਾਜਪੂਤ ਰਾਜੇ। ਜਦੋਂ ਆਣ ਕੇ ਦੀਦਾਰ ਕੀਤੇ ਲੱਗੇ ਹੋਏ ਦਰਬਾਰ ਦੇ, ਸਾਹਿਬ ਆਲਮ ਪਾਤਸ਼ਾਹ ਨੂੰ ਤਖ਼ਤ 'ਤੇ ਬੈਠਿਆਂ ਵੇਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੋਢੇ 'ਤੇ ਸੁਨਹਿਰੀ ਬਾਜ ਵੇਖਿਆ, ਹੀਰਿਆਂ ਨਾਲ ਜਿਹੜੀ ਕਲਗੀ ਵੇਖੀ, ਪਿੱਛੇ ਪ੍ਰਸ਼ਾਦੀ ਹਾਥੀ ਖਲੋਤਾ ਚੌਰ ਕਰ ਰਿਹਾ, ਆਪਣੀ ਸੁੰਡ ਨਾਲ ਫੜ ਕੇ ਚੌਰ ਕਰ ਰਿਹਾ ਸਾਹਿਬ ਦੇ ਉੱਤੇ। ਚਾਂਦਨੀ ਵੇਖੀ, ਚੰਦੋਆ ਵੇਖਿਆ ਮਹਾਰਾਜ ਦਾ, ਉਸ ਵੇਲੇ 2.5 ਲੱਖ ਦਾ ਵੇਖ ਰਹੀ। ਪਤਾ ਲੱਗਾ ਵੇਖਣ ਸਾਰੀ ਬਿਸਮਾਦ ਹੋ ਗਈ, ਜਿਹੜੇ ਨੇਤਰ ਖੁੱਲ੍ਹੇ ਸੀ ਸਾਹਿਬ ਵੱਲ ਉਹ ਖੁੱਲ੍ਹੇ ਹੀ ਰਹਿ ਗਏ। ਪਿਓ ਨਜ਼ਰ ਆ ਗਿਆ ਉਸ ਸਰੀਰ ਦੇ ਵਿੱਚੋਂ, ਜਿਹਨੂੰ ਬੜੇ ਚਿਰ ਤੋਂ ਪੜ੍ਹਦੀ ਹਾਂ, ਤੂੰ ਮੇਰਾ ਪਿਤਾ, ਅੱਜ ਸੱਚੀ ਮੁੱਚੀ ਕਿਸੇ ਦੇ ਵਿੱਚੋਂ
ਪਿਓ ਦੀ ਵੇਵਸ ਵੇਖੀ। ਕਈ ਭਾਗੀਆਂ ਧੀਆਂ ਨੇ ਜਿਨ੍ਹਾਂ ਨੂੰ ਪਿਓ 'ਚੋਂ ਪਿਓ ਨਹੀਂ ਦਿਸਦਾ। ਸਮਝਦੇ ਹੋ, ਕੁਝ ਪਕੜਦੇ ਹੋ ਮੈਂ ਕੀ ਕਹਿ ਰਿਹਾ? ਪਿਓ 'ਚੋਂ ਵੀ ਪਿਓ ਦੀ ਵੇਵਸ ਨਹੀਂ ਦਿਸਦੀ। ਇਹਦਾ ਸਰੀਰਕ ਪਿਓ ਤਾਂ ਨਹੀਂ ਸੀ, ਮਗਰ ਪਿਤਾ ਮੇਰੋ ਵੱਡੋ ਧਨੀ ਗੰਮਾ ਸੀ। ਵੇਖਿਆ ਸੱਚੀ ਮੁੱਚੀ ਰੂਹ ਨੇ ਆਖਿਆ, ਕਮਲੀਏ ਅੱਜ ਤੱਕ ਇੰਨੇ ਸਾਲਾਂ ਤੱਕ ਕਿਹਨੂੰ ਬਾਪ ਕਹਿੰਦੀ ਰਹੀ ਹੈ? ਬਾਪ ਤਾਂ ਆ ਬੈਠਾ, ਅੱਜ ਵੇਖਿਆ। ਬਿਸਮਾਦ ਹੋ ਗਈ, ਪੈਰਾਂ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ ਵਾਹਿਗੁਰੂ 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 ਦੀ ਧੁਨੀ ਚੱਲ ਪਈ ਅੰਦਰੋਂ। ਜਿਹੜਾ ਰਾਜਾ ਆਇਆ ਸੀ ਨਾਲ, ਉਹਦੇ ਦੋਸਤ ਆਏ ਸੀ, ਉਹਨਾਂ ਨੇ ਉਹਨੂੰ ਵੇਖਿਆ ਹੀ ਨਹੀਂ। ਉਹਨਾਂ ਦੇ ਮਨ ਵਿੱਚ ਆਈ, ਇੱਕ ਦੁਨਿਆਵੀ ਸੰਤ ਹੈ, ਮਹਾਤਮਾ ਹੈ, ਬਾਬਾ ਹੈ, ਅਤੇ ਗੱਲਾਂ ਆਪਸ ਵਿੱਚ ਕਰਦੇ, ਵੇਖੋ ਬਾਬੇ ਦਾ ਬਾਜ ਕਿੱਡਾ ਸੋਹਣਾ ਹੈ। ਉਹਨਾਂ ਉਹਨੂੰ ਨਹੀਂ ਵੇਖਿਆ, ਨਹੀਂ ਪਤਾ ਲੱਗਾ, ਨਹੀਂ ਅਜੇ ਖਿੱਲਰ ਗਈ ਸੀ। ਨਾ ਖਿੱਲਰਿਆ ਨਾ ਕਰੋ, ਹਾਜ਼ਰ ਰਹੋ। ਉਹਨਾਂ ਉਹਦਾ ਬਾਜ ਵੇਖਿਆ, ਦੂਸਰੇ ਨੇ ਆਖਿਆ ਬਾਜ ਦੀ ਛੱਡ ਹਾਥੀ ਵੇਖ। ਇਸ ਤਰ੍ਹਾਂ ਦੇ ਹਾਥੀ ਵੀ ਵੇਖੇ ਜਿਹੜੇ ਚੋਰ ਕਰਦੇ ਨੇ। ਤੀਸਰੇ ਨੇ ਆਖਿਆ ਉਹ ਹਾਥੀ ਦੀ ਛੱਡੋ, ਚੰਦੋਆ ਦੇਖੋ ਕਿੱਡਾ ਕੀਮਤੀ, ਸਾਧ ਦੇ ਉੱਤੇ ਲੱਗ, ਸਾਧ ਸਾਧ ਕਰਕੇ ਬੋਲਣ, ਉਹ ਵੇਖ ਰਹੇ, ਉਹਦੀਆਂ ਅੱਖਾਂ ਉਹਦੇ ਵਿੱਚੋਂ ਪੁੱਟੀਆਂ ਹੀ ਨਹੀਂ ਗਈਆਂ, ਜੁੜ ਗਈ ਅੰਦਰੋਂ। ਉੱਧਰੋਂ ਵੀ ਝਰਨੇ ਛੁੱਟ ਪਏ, ਉੱਧਰੋਂ ਵੀ ਝਰਨੇ ਛੁੱਟ ਪਏ। ਉਹਨੂੰ ਧੀ ਦਿਸ ਪਈ ਵੀ ਕੋਈ ਮੈਨੂੰ ਧੀ ਵੇਖ ਰਹੀ ਪਿਓ ਦੇ ਰੂਪ 'ਚ, ਅਤੇ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਕੋਈ ਬਾਪ ਦੇ ਰੂਪ 'ਚ ਵੇਖ ਰਿਹਾ। ਫਿਰ ਤਾਂ ਬਹੁਤ ਕੁਝ ਵੇਖਿਆ, ਆਹ ਸਭ ਕੁਛ ਉੱਥੇ ਹੀ ਕਿਹਾ ਹੈ। ਹੇ ਵਾਹਿਗੁਰੂ ਪਰਮੇਸ਼ੁਰ ਜੀ, ਮੈਂ ਕੌਮਾਂ ਤਾਂ ਬੜੀਆਂ ਵੇਖੀਆਂ, ਮਗਰ ਆਹ ਜਿਹੜੇ ਤੇਰੇ ਦਮਾਲਿਆਂ ਵਾਲੇ ਬੈਠੇ ਨੇ, ਇਹ ਜਿਹੜੇ ਤੇਗਿਆਂ ਵਾਲੇ ਢਾਲਾਂ ਵਾਲੇ ਬੈਠੇ ਆ, ਕੌਮ ਤਾਂ ਮੈਂ ਅੱਗੇ ਵੀ ਵੇਖੀ ਸੀ ਕੋਈ, ਅੱਜ ਕੌਮਨ ਸਿਰ ਕੌਮਾਂ ਵੇਖਿਆ, ਕੌਮਾਂ ਦੇ ਸਿਰੇ ਦੀ ਕੌਮ ਵੇਖੀ, ਪੂਰੀ ਵੇਖੀ। ਮੈਂ ਤੈਨੂੰ ਦਾਨੀਆਂ 'ਚੋਂ ਵੀ ਵੱਡਾ ਦਾਤਾ ਵੇਖਿਆ, ਸੂਰਮਿਆਂ 'ਚੋਂ ਤੈਨੂੰ ਵੱਡਾ ਸੂਰਮਾ ਵੇਖਿਆ, ਜ਼ਮੀਨਾਂ ਵਾਲੇ ਅੱਗੇ ਵੀ ਵੇਖੇ ਸੀ, ਅੱਜ ਭੂਮਨ ਸਿਰ ਭੂਮਾ ਵੇਖਿਆ, ਵੱਡਿਆਂ ਜ਼ਮੀਨਾਂ ਵਾਲਿਆਂ 'ਚੋਂ ਵੱਡੀ ਜ਼ਮੀਨ ਦਾ ਮਾਲਕ ਵੇਖਿਆ। ਰਾਜੇ ਅੱਗੇ ਵੀ ਵੇਖੇ ਸੀ, ਰਾਜਿਆਂ ਦਾ ਰਾਜਾ ਵੇਖਿਆ, ਵੇਖ ਰਹੇ ਬਿਸਮਾ। ਸ਼ਾਮ ਦੇ 5 ਵੱਜ ਗਏ, ਸ਼ਾਮ ਦੇ 5 ਵੱਜ ਗਏ, ਦੀਵਾਨ ਦੀ ਸੰਪੂਰਨਤਾ ਹੋਈ। ਜਿਹੜੀ ਘਰੋਂ ਬੜਾ ਸੋਨਾ ਪਾ ਕੇ ਆਈ ਸੀ ਅਤੇ ਰਾਣੀ ਬਣ ਕੇ ਆਈ ਸੀ ਵੀ ਮੈਂ ਰਾਏਪੁਰ ਦੀ ਰਾਣੀ ਹਾਂ, ਭੁੱਲ ਗਿਆ ਸਭ ਕੁਛ। ਰਾਜਾ ਨੇ ਆਖਿਆ ਉੱਠ ਚਲੀਏ, 2-3 ਘੰਟੇ ਦਾ, 3-4 ਦਾ ਸਫ਼ਰ ਹੈ, ਆਪਾਂ ਪਹੁੰਚਣਾ ਘਰ। ਮੋਮ ਬਣੀ, ਪੱਥਰ ਦੀ ਹੋ ਗਈ। ਇੱਕੋ ਹੀ ਗੱਲ ਕਹੀ, ਤੁਸੀਂ ਜਾਓ, ਮੈਂ ਜੇ ਇੱਥੇ ਰਹਿਣਾ।
ਮੇਰਾ ਮਨ ਨਹੀਂ ਭਰਿਆ ਪਿਤਾ ਨੂੰ ਵੇਖ ਕੇ। ਕੀ ਕਰੇਂਗੀ ਇੱਥੇ? ਰਾਜੇ ਨੂੰ ਕਹਿੰਦੀ ਮੈਂ ਸੰਥਿਆ ਲਊਂਗੀ, ਜਿਹੜੀ ਬਾਣੀ ਇਹ ਪੜ੍ਹਦੇ ਨੇ ਨਾ, ਅਤੇ ਬਾਣੀ ਮੋਮ ਕਰੀ ਆਉਂਦੀ ਆ। ਹੁਣ ਕੀਰਤਨ ਮੈਂ ਰਾਤੀ ਵੀ ਆਖਿਆ ਸੀ, ਜੇ ਕੋਈ ਜੁੜਿਆ ਹੋਵੇ ਤਾਂ ਉਹਨੂੰ ਸੁਣਨਾ ਹੈ, ਦੂਸਰੇ ਨੂੰ ਕਿੱਥੇ ਸੁਣਨਾ ਹੈ, ਕਿੱਥੇ ਸੁਣਦਾ ਹੈ। ਤਾਂ ਲਿਖਿਆ ਸੁਣ ਵੱਡ ਭਾਗੀ ਆ, ਸੁਣ ਨਾਲ ਵੱਡ ਭਾਗੀ ਆਖਿਆ। ਹਾਂ, ਬਾਣੀ ਦਾ ਪ੍ਰਵਾਹ ਤਾਂ ਚੱਲ ਰਿਹਾ, ਮਗਰ ਜਿਨ ਕੋ ਨਦਰ ਕਰਮ ਹੋਵੇ, ਇਹ ਬਾਣੀ ਜਿਨ ਕੋ ਨਦਰ ਕਰਮ ਹੋਵੇ ਉਤਰਦੀ ਉਹਨਾਂ ਦੇ ਅੰਦਰ, ਦੂਸਰੇ ਦੇ ਅੰਦਰ ਉਤਰਦੀ ਨਹੀਂ। ਮੀਂਹ ਪੈ ਹਟਿਆ, ਪੈ ਹਟਿਆ, ਪੈ ਹਟਿਆ, ਬਹੁਤ ਬਰਖ ਭਰੇ ਸਰ ਤਾਲ, ਬਰਖ ਮਤਲਬ ਸਾਰੇ ਸਰੋਵਰ ਤਾਲ ਭਰ ਗਏ ਨੱਕੋ ਨੱਕ, ਇੰਨਾ ਮੀਂਹ ਪਿਆ। ਮਗਰ ਚਾਤਰਕ ਜਿਉਂ ਤਰਸਤ ਰਹੇ, ਸੁਣੀਏ ਬਾਣੀ, ਚਾਤਰਕ ਫਿਰ ਵੀ ਤਰਸਦਾ ਹੈ, ਪਪੀਆ ਫਿਰ ਵੀ ਕਹਿੰਦਾ ਮੀਂਹ ਪੈ ਕੇ ਹਟਿਆ। ਅਤੇ ਕਹਿਣ ਵਾਲੇ ਨੇ ਆਖਿਆ ਇੰਨੀਆਂ ਝੀਲਾਂ ਭਰ ਗਈਆਂ, ਸਰੋਵਰ ਭਰ ਗਏ, ਰੌਲਾ ਤਾਂ ਤੇਰਾ ਇੱਕ ਬੂੰਦ ਦਾ ਹੀ ਹੈ ਨਾ। ਉਹਨੇ ਕਿਹਾ ਸੱਜਣਾ, ਮੂੰਹ ਨਾ ਪੀਣ ਵਾਲੀ ਬੂੰਦ ਨਹੀਂ, ਉਹ ਸਿਰ 'ਚ ਪੈਂਦੀ, ਪਤਾ ਜੇ ਕਿ ਨਹੀਂ, ਸ਼ਾਹਰਾਗ ਦੇ ਵਿੱਚ ਡਿੱਗਦੀ ਉਹ ਬੂੰਦ, ਜਿਹੜੀ ਉਹ ਇਸ ਪਾਣੀ 'ਚ ਨਹੀਂ ਡਿੱਗੀ, ਉਹ ਬੂੰਦ ਹੋਰ ਆ। ਉਹ ਕੀ ਆ? ਬਾਣੀ ਦਾ ਕੀਰਤਨ ਹੁੰਦਾ ਗਿਆ, ਹੁੰਦਾ ਗਿਆ, ਹੁੰਦਾ ਗਿਆ, ਮਗਰ ਜਿਨ ਕੋ ਨਜ਼ਰ ਅੱਗੇ ਹਿਰਦੇ 'ਚ ਅਤੇ ਉਹਦੇ 'ਚ ਉਤਰਦੀ, ਜਿਹਦੇ 'ਤੇ ਨਜ਼ਰ ਕਰਮ, ਦੋ ਸ਼ਬਦ ਜਿਹੜੀ ਬਖਸ਼ਿਸ਼ ਭਰੀ ਨਜ਼ਰ, ਨਜ਼ਰ ਕਰਮ ਦਾ ਮਤਲਬ ਨਜ਼ਰ ਹੋਵੇ ਬਖਸ਼ਿਸ਼ ਭਰੀ ਜਿਹਦੇ 'ਤੇ, ਇਹ ਬਾਣੀ ਹਿਰਦੇ 'ਤੇ ਨਾ ਚੱਲਦੀ ਵੀ ਰਹੂਗੀ, ਕੀਰਤਨ ਵੀ ਹੋਜੂ ਰੋਜ਼। ਆਪ ਜੀ ਵੀ ਕਰਦੇ ਹੋ, ਇਹ ਵੀ ਕਰਦੇ, ਮੈਂ ਵੀ ਕਥਕ ਅਨੰਤ ਕੀਰਤਨੀਆਂ ਲੱਗੇ ਨੇ ਨਾ, ਗਾਉਣ ਵਾਲੇ ਦੇ ਅੰਦਰ ਬੜੀ, ਨਾ ਸੁਣਨ ਵਾਲੇ ਦੇ ਅੰਦਰ। ਕਿਉਂ ਜੀ, ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਖਾਲਸਾ ਜੀ? ਤੁਹਾਡੇ ਕੋਲ ਕੀ ਪੈਮਾਨਾ ਵੀ ਨਾ ਗਾਉਣ ਵਾਲੇ ਦੇ ਬੜੀ? ਤਮਾਸ਼ਾ ਤੁਸੀਂ ਵੇਖਿਆ ਦਰਬਾਰ ਸਾਹਿਬ, ਪਤਾ ਲੱਗਾ ਜਿਹੜਾ ਤਾਬਿਆ ਬਹਿ ਕੇ ਸੁਣ ਰਿਹਾ ਸੀ ਰੋਜ਼, ਉਹਦੇ ਵੀ ਨਹੀਂ ਬੜੀ। ਜਿਹੜਾ ਹਜ਼ੂਰੀ 'ਚ ਬਹਿ ਕੇ ਗਾ ਰਿਹਾ ਸੀ, ਉਹਦੇ ਵੀ ਨਹੀਂ ਬੜੀ। ਬੋਲ ਮੂੰਹ 'ਚੋਂ ਦੱਸਦੇ ਸੀ ਵੀ ਇਹ ਹਿਰਦੇ 'ਚ ਬੜੀ ਨਹੀਂ, ਹਿਰਦੇ 'ਤੇ ਨਾ ਸਮਾਣੀ। ਇਹ ਬਾਣੀ ਦਾ ਪ੍ਰਵਾਹ ਕੀ ਨਿਸ਼ਾਨੀ ਆ ਜੀ ਤੁਹਾਡੇ ਕੋਲ ਵੀ ਇਹਨਾਂ ਕੋਲ ਨਹੀਂ ਬੜੀ? ਦੁੱਖ, ਰੋਗ, ਸੰਤਾਪ, ਇਹ ਗਲੋਂ ਲੱਥਦੇ ਨੇ ਜਿਹਨਾਂ ਦੇ ਹਿਰਦੇ 'ਚ ਉਤਰਦੀ ਹੈ ਨਾ ਆਹ ਚੀਜ਼ਾਂ, ਮਗਰੋਂ ਲੱਥਦੀਆਂ। ਦੁੱਖ ਅਤੇ ਸੰਤਾਪ ਉਤਰੇ ਕਾਹਦੇ ਨਾਲ ਜੀ? ਫਿਰ ਇੱਕ ਵਾਰ ਆਵਾਂ, ਇਹ ਵਡਭਾਗੀ ਤੋਂ ਬਿਨਾਂ ਸੁਣੀ ਜਾਂਦੀ ਨਹੀਂ ਬਾਣੀ, ਵੱਡਿਆਂ ਭਾਗਾਂ ਤੋਂ ਬਿਨਾਂ ਨਹੀਂ ਸੁਣੀ ਜਾਂਦੀ। ਗੰਦੇ ਗੀਤ ਜਿਹੜਾ ਮਰਜ਼ੀ ਸੁਣ ਲੈ, ਚੁਗਲੀ ਜਿਹੜਾ ਮਰਜ਼ੀ ਸੁਣ ਲੈ, ਨਿੰਦਾ ਜਿਹੜਾ ਮਰਜ਼ੀ ਸੁਣ ਲੈ, ਈਰਖਾ ਦੇ ਸ਼ਬਦ ਜਿਹੜਾ ਮਰਜ਼ੀ, ਬਿਜ਼ਨਸ ਦੇ ਸ਼ਬਦ ਜਿਹੜਾ ਮਰਜ਼ੀ ਸੁਣ ਲੈ, ਕਰ ਲੈ, ਨਾ ਤਾਂ ਬਾਣੀ ਵੱਡਿਆਂ ਭਾਗਾਂ ਤੋਂ ਬਿਨਾਂ ਪੜ੍ਹੀ ਜਾਂਦੀ, ਪਤਾ ਲੱਗਾ?
ਅਤੇ ਨਾ ਬਾਣੀ ਸੁਣੀ ਜਾਂਦੀ ਵੱਡੇ ਪਾ ਆਨੰਦ ਸੁਣੋ ਆਨੰਦ ਨਹੀਂ ਜੇ ਚੇਤਾ ਰੱਖਿਓ ਆਨੰਦ 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 ਸ਼ਬਦ ਅਨਾਹਦ ਸ਼ਬਦ ਤੋਂ ਵਾਚਕ ਆ ਆਨੰਦ ਸੁਣੋ ਵੱਡ ਭਾਗੀਓ ਸੁਣ ਵੱਡ ਭਾਗੀ ਆ ਹਰ ਅੰਮ੍ਰਿਤ ਬਾਣੀ ਦਾ ਬਾਣੀ ਸੁਣੀ ਵਡਭਾਗੀ ਕੋਲੋਂ ਜਾਂਦੀ ਦੂਸਰੇ ਕੋਲੋਂ ਨਹੀਂ ਸੁਣੀ ਜਾਂਦੀ ਇਹ ਜਿਹੜੇ ਆਪ ਜੀ ਨੇ ਦੋ ਸ਼ਬਦ ਪੜ੍ਹੇ ਇੱਕ ਸ਼ਬਦ ਦੇ ਵਿੱਚ ਆਪ ਜੀ ਕਹਿ ਰਹੇ ਸੋ ਵੀ ਹੇ ਵਾਹਿਗੁਰੂ ਨੌਨਦ ਤੇਰੇ ਸਗਲ ਨਿਦਾਨ ਅੱਗੇ ਫਿਰ ਕਿਹਾ ਇੱਛਾ ਪੂਰਕ ਰੱਖੇ ਨਿਦਾਨ ਫਰਕ ਦਾ ਪਤਾ ਹੈ ਉਹ ਖਜ਼ਾਨਾ ਹੈ ਇਹ ਜਿਹੜੇ ਬੱਚੇ ਨੇ ਨਿਦਾਨ ਬਣੇ ਬੱਚੇ ਜੀਵਾਤਮਾਵਾਂ ਜਿਹੜੀਆਂ ਇਹਨਾਂ ਦੀਆਂ ਇੱਛਾ ਪੂਰਨ ਨੂੰ ਤੂੰ ਪੂਰੇ ਦਾ ਪੂਰਾ ਹੀ ਖਜ਼ਾਨਾ ਹੈ ਇੱਕ ਨਿਦਾਨ ਆ ਪਹਿਲਾ ਦੂਸਰਾ ਦੱਦੇ ਨਾਲ ਨਿਦਾਨ ਆ ਹੁਣ ਇੰਨੀ ਬਰੀਕੀ ਨਾਲ ਕੁਛ ਸੁਣੋ ਅਤੇ ਫਿਰ ਇਹ ਬਾਣੀ ਅੰਦਰ ਜਾ ਕੇ ਦਰਵਾਜ਼ੇ ਖੋਲੂ ਜੂਗੀ ਅੱਜ ਇਹਨੇ ਤਾਂ ਮੈਂ ਇੱਕ ਸ਼ਬਦ ਦੀ ਦਿਨੇ ਜੂਮ 'ਤੇ ਵੀ ਕੀਤੀ ਕਥਾ ਉਹਦੇ ਵਿੱਚ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਜੇ ਮੰਦਰ ਦੀਪਕ ਪ੍ਰਗਾਸਿਆ ਨਹੀਂ ਪਤਾ ਜੇ ਮੰਦਰ ਮਤਲਬ ਹਾਂ ਹਨੇਰਾ ਸੀ ਅਤੇ ਬੜਾ ਕੀਮਤੀ ਸਮਾਨ ਪਿਆ ਸੀ ਘਰ 'ਚ ਮਗਰ ਆਣ ਕੇ ਕਹਿੰਦਾ ਸੀ ਕੁਛ ਵੀ ਨਹੀਂ ਵਾਰ ਵਾਰ ਮੁੜ ਜਾਂਦਾ ਸੀ ਅੰਦਰੋਂ ਆਣ ਕੇ ਵਾਰ ਵਾਰ ਮੁੜ ਜਾਂਦਾ ਸੀ ਇਸ ਤਰ੍ਹਾਂ ਹੀ ਇਹ ਜੀਵਾਤਮਾ ਅਨੰਤ ਵਾਰ ਜੰਮੀ ਆ ਅਨੰਤ ਵਾਰ ਮਰੀ ਆ ਮਗਰ ਇਹਨੂੰ ਇਸ ਦੇਹ ਦੇ ਵਿੱਚੋਂ ਦੇਹ 'ਚ ਹੈ ਸਭ ਕੁਛ ਆ ਪਤਾ ਲੱਗਾ ਜੀ ਦੇਹ 'ਚ ਨੌਂ ਖੰਡ ਪ੍ਰਿਥਵੀ ਇਸ ਤਨਮੇ ਰਵਿਆ ਕਈ ਥਾਂ ਲਿਖਿਆ ਹਾਟ ਪੱਟਣ ਬਾਜ਼ਾਰਾ ਬਾਜ਼ਾਰ ਲੱਗੇ ਅੰਦਰ ਮਗਰ ਹਨੇਰਾ ਸੀ ਲਾਈਟ ਗਈ ਸੀ ਲਾਈਟ ਨਹੀਂ ਸੀ ਅੰਦਰ ਅਤੇ ਜਿੰਨੀ ਵਾਰ ਕਮਰੇ 'ਚ ਗਿਆ ਕੰਧਾਂ ਕੁੰਧਾਂ ਨੂੰ ਹੱਥ ਮਾਰ ਕੇ ਮੁੜ ਆਇਆ ਚੀਜ਼ਾਂ ਕੀਮਤੀ ਜਿੱਥੇ ਜਿੱਥੇ ਪਈਆਂ ਸੀ ਦਿਸੀਆਂ ਨੇ ਅੱਜ ਬਾਬਾ ਕਬੀਰ ਕਹਿੰਦਾ ਸੀ ਜੇ ਮੰਦਰ ਜਿਹੜੇ ਮੰਦਰ ਸੁਣ ਰਹੇ ਪੁੱਤ ਸੁਸਤੀ ਤਾਂ ਨਹੀਂ ਪਈ ਜੇ ਮੰਦਰ ਦੀਪਕ ਪ੍ਰਗਾਸਿਆ ਜਿਹੜੇ ਘਰ ਵਿੱਚ ਦੀਵਾ ਜਗਿਆ ਅੰਧਕਾਰ ਤਿਹ ਨਾਸਾ ਐ ਸੋਚ ਨੱਪੋ ਅਤੇ ਹਨੇਰਾ ਉੱਥੋਂ ਅਤੇ ਸਾਰਾ ਕੁਛ ਪਿਆ ਨਜ਼ਰ ਆ ਗਿਆ ਜਿੱਦਣ ਕਦੀ ਗੁਰੂ ਰਾਮਦਾਸ ਨੇ ਦਇਆ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੀਵ ਆਤਮਾ 'ਤੇ ਦਇਆ ਕੀਤੀ ਗੁਰਪੂਰਾ ਪੇਟਿਓ ਵਡਭਾਗੀ ਮਨ ਦੀ ਹਨੇਰੀ ਕੋਠੜੀ 'ਚ ਇਸ ਤਰ੍ਹਾਂ ਦੇ ਵੀ ਸ਼ਬਦ ਤੁਸੀਂ ਕਹਿ ਗਏ ਹੋ ਵੀ ਜਿਹੜਾ ਵਿਚਾਰ ਆ ਨਾ ਵਿਚਾਰ ਇਹਦੇ ਵਿੱਚ ਹੀ ਸਾਰਾ ਹੀ ਕੁਛ ਛੁਪਿਆ ਪਿਆ ਹੁਣੇ ਤੁਸੀਂ ਪੜ੍ਹ ਕੇ ਗਏ ਹੋ ਅਤੇ ਵਿਚਾਰ ਦੇ ਵਿੱਚ ਜਦੋਂ ਮਨ ਦੇ ਵਿੱਚ ਵਿਚਾਰ ਨੇ ਤਾਂ ਮਨ 'ਚ ਹੈਗਾ ਸਾਰਾ ਹਨੇਰਾ ਮਨ ਦੀ ਕੋਠੜੀ 'ਚ ਹਨੇਰਾ ਹੈ ਉਹ ਜਿਹੜਾ ਸਭ ਕੁਛ ਖਜ਼ਾਨਾ ਪਿਆ ਹੈ ਮਨ ਦੇ ਖਜ਼ਾਨੇ ਵਿੱਚ ਉੱਥੇ ਹੀ ਗੰਦੇ ਵਿਚਾਰ ਨੇ ਉੱਥੇ ਹੀ ਚੰਗੇ ਵਿਚਾਰ ਆ ਸਿਰਫ ਜਦੋਂ ਮਨੇ ਪਿਆ ਜਦੋਂ ਮਨ 'ਚ
ਪ੍ਰਕਾਸ਼ ਹੋਇਆ ਉਦਣ ਜੀਵਾਤਮਾ ਨੇ ਕਹਿਣਾ ਕੋਈ ਨਾ ਪਹੁੰਚਣ ਹਾਰਾ ਦੂਜਾ। ਅਜੇ ਤਾਂ ਸਾਰਿਆਂ ਨੂੰ ਕਹੀ ਜਾਂਦੀ, ਪ੍ਰਕਾਸ਼ ਨਹੀਂ ਹੋਇਆ, ਆਣ ਕੇ ਵੇਖੂਗੀ ਓਏ ਹੋਏ ਹੋਏ ਐਡਾ ਵੱਡਾ, ਅਜੇ ਨਹੀਂ ਪਤਾ ਲੱਗਾ। ਅਜੇ ਤਾਂ ਕਹਿੰਦੀ ਭਾਅ ਜੀ ਗੱਲਾਂ ਕਰਦਾ ਕਰਦਾ ਕਹਿੰਦਾ ਇੱਥੇ ਗੱਲ ਹੋਣ ਡਈ ਹੋ ਨਾ ਕਿਸੇ ਦੀ ਜਾਂ ਰੱਬ ਦੀ ਜਾਂ ਕਿਸੇ ਦੀ, ਅਤੇ ਵਿੱਚ ਵਿੱਚ ਗੱਲ ਕਰ ਦਿੰਦਾ ਵੀ ਉਹ ਵੀ ਗੱਲ ਇਸ ਤਰ੍ਹਾਂ ਦੀ ਸੀ, ਫਿਰ ਤਾਂ ਵਿਸਮ ਹੋ ਗਿਆ, ਫਿਰ ਨਹੀਂ ਕਹਿੰਦਾ ਕੋਈ ਨਾ ਪਹੁੰਚਣ। ਇਹਦਾ ਕੀ ਮਤਲਬ? ਵੀ ਜੋ ਅੱਜ ਮੈਂ ਵੇਖਿਆ ਹੈ ਮਨ 'ਚ ਪ੍ਰਕਾਸ਼ ਹੋਇਆ ਹੈ ਅਤੇ ਜੋ ਮੈਂ ਅੱਜ ਵੇਖਿਆ ਹੈ ਇਹਦੇ ਬਰਾਬਰ ਕੋਈ ਨਾ ਆਪਣੇ ਸਾਹਿਬ ਕਾ ਅੱਜ ਪ੍ਰਵਾਸਾ ਹੋਇਆ ਵੀ ਇਹਦੇ ਵਰਗਾ ਕੋਈ ਨਹੀਂ ਵੇਖਿਆ। ਪੇਖ ਰਹੇ ਬਿਸਮਾ ਮਨਸਾ ਪੂਰਨ ਮੈਂ ਵੇਖਿਆ ਸ਼ਰਣਾ ਯੋਗ। ਉੱਥੇ ਤੁਸੀਂ ਪਿਆ ਸਰਨ ਪਾਲਣ ਟੀਕਾ, ਮਤਲਬ ਸ਼ਰਨਾਇਆ ਦੀ ਲਾਜ ਰੱਖਣ ਵਾਲਾ ਹੈ, ਟੀਕਾ ਟੀਕਾ ਟਕਾ, ਹਾਂ ਜਿਹੜਾ ਆਇਆ ਸ਼ਰਨ ਵਿੱਚ ਬੜਾ ਟਕਾਇਆ ਉਹਨੂੰ। ਆ ਤੁਸੀਂ ਹੁਣ ਜਿਸ ਤਰ੍ਹਾਂ ਹੁਣ ਬਿੱਜ ਕੇ ਬੈਠੇ ਹੋ ਨਾ ਆਪਣੇ ਘਰ ਹੁੰਦੇ ਹੋ ਨਾ, ਅਤੇ ਭਾਈ ਜੀ ਪਤਾ ਨਹੀਂ ਕਿੰਨੀ ਜਗ੍ਹਾ 'ਤੇ ਖਿੰਡਿਆ ਹੁੰਦਾ। ਇਹ ਸਤਸੰਗਤ ਦੀ ਕਿਰਪਾ ਹੈ ਵੀ ਇਹ ਭੱਜਾ ਫਿਰਦਾ ਮਨ ਇੱਕ ਛਿਣ ਲਈ ਅਤੇ ਇਸ ਟਕਾ ਨੇ ਹੀ ਅੱਗੇ ਜਾਗ ਲਾ ਲੈਣੀ। ਤਾਂ ਹੀ ਕਹਿੰਦੇ ਨਾ ਇੱਕ ਘੜੀ ਆਦੀ ਕਰੀ ਆਦੀ ਹੂੰ ਤੇ ਭਗਤਨ ਸਿੱਤੀ ਗੋਸ਼ਟ ਹੈ ਜੋ ਕਿੰਨੇ। ਤਾਂ ਕਹਿੰਦੇ ਨੇ ਵੀ ਇੱਕ ਘੜੀ ਲਾ, ਘੜੀ ਤੋਂ ਵੀ ਅੱਧੀ, ਅੱਧੀ ਤੋਂ ਵੀ ਅੱਧੀ ਲਾ। ਕਈ ਵਾਰ ਆਪਾਂ ਪਾਠ ਕਰ ਜਾਂਦੇ ਆਦੀ ਹੂੰ ਫੋਨ ਆਦਿ, ਉਹ ਪਾਠ ਨਹੀਂ ਗਾ। ਆਦੀ ਹੂੰ ਤੇ ਆਦਿ, ਇੱਕ ਕਰੀ ਆਦੀ ਕਰੀ ਆਦੀ ਹੂੰ ਤੇ ਆਦਿ। ਕਈ ਵਾਰ ਇਸ ਤਰ੍ਹਾਂ ਆਮ ਹੀ ਮੂੰਹ 'ਤੇ ਪਾਠ ਚੜ੍ਹੇ ਨੇ ਵੀ ਬੋਲੀ ਜਾਂਦੇ ਆਪਾਂ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਵੀ ਮਨਸਾ ਪੂਰਨ ਅੱਜ ਵੇਖਿਆ ਅਤੇ ਭੇਖ ਰਹੀ ਬਿਸਮਾ, ਬਿਸਮਾਦ ਹੋ ਗਈ ਵੀ ਸਾਰੇ ਫੁਰਨੇ ਪੂਰੇ ਕਰ ਦਿੰਦਾ, ਦੱਸਣਾ ਵੀ ਨਹੀਂ ਪੈਂਦਾ ਕਿਸੇ ਨੂੰ, ਤਾਂ ਜਾ ਕੇ ਤੁਹਾਨੂੰ ਦੱਸਣਾ ਪੈਂਦਾ ਇਹਨੂੰ ਤਾਂ। ਮਨਸਾ ਪੂਰਨ ਅਤੇ ਸਰਣਾ ਯੋਗ, ਐਡੀ ਪਾਵਰ ਦਾ ਮਾਲਕ ਜੋ ਕਰ ਪਾਇਆ ਜੋ ਉਹਨੇ ਕੀਤਾ ਉਹ ਹੀ ਹੋਣਾ ਹੈ। ਇੰਨੀ ਪਾਵਰ ਦਾ ਮਾਲਕ ਹਰਨ ਭਰਨ, ਝੋਲੀ ਭਰ ਦੇਣੀ, ਝੋਲੀ ਖਾਲੀ ਕਰ ਲੈਣੀ, ਧਰਤੀ ਬਣਾ ਦੇਣੀ, ਧਰਤੀ ਵਿਨਾਸ਼ ਕਰ ਦੇਣੀ, ਅੱਖ ਦੇ ਫਰੱਕੇ ਦਾ ਚੇਰਿਆ ਉਹਦਾ ਐਂ ਕਰੇ ਅਤੇ ਬਣਾ ਦੇ। ਉਤਪਤ ਕਰਤਾ ਅੱਗੇ ਨਹੀਂ, ਪਰਲੇ ਕਰਤਾ, ਉਤਪਤ ਕਰਤਾ ਜੇ ਉਹ ਨਹੀਂ ਚੇਤੇ ਤਾਂ ਆਹ ਪੜ੍ਹ ਲਓ, ਸਰਬੰਗ ਕਰਤਾ ਸਰਬੰਗ ਹਰਤਾ ਸਰਬੰਗ ਕਾਲੇ ਸਰਬੰਗ ਪਾਲੇ, ਇੱਥੇ ਪੜ੍ਹ ਲਓ ਉਹ ਗੁਰੂ ਗ੍ਰੰਥ ਸਾਹਿਬ 'ਚ। ਉਤਪਤ ਕਰਤਾ ਉਤਪਤੀ ਕਰਨ ਵਾਲਾ ਇੱਕ ਛਿਨ 'ਚ, ਅਤੇ ਪਰਲੇ ਕਰਦਾ ਇੱਕ ਛਿਨ ਵਿੱਚ ਪਰਲੇ ਕਰਦੇ, ਪਤਾ ਹੀ ਨਾ ਲੱਗੇ ਇੱਥੇ ਕੀ ਸੀ ਅੱਜ ਇੱਥੇ ਹੁਣ ਤੁਹਾਡਾ ਵਸਣ ਡਿਆ। ਇੰਨੀ ਪਾਵਰ ਦਾ ਮਾਲਕ ਆ ਉਹ, ਅਜੇ ਨਹੀਂ ਵੇਖਿਆ ਪੇਖ ਰਿਹਾ ਬਿਸਮਾ, ਉਹਨੇ ਐਵੇਂ ਨਹੀਂ ਕਿਹਾ ਠਾਕੁਰ ਮੈਂ ਠੁਕਰਾਈ ਤੇਰੀ, ਐਵੇਂ ਨਹੀਂ ਕਿਹਾ ਵੀ ਤੂੰ ਠਾਕਰਾਂ 'ਚ ਵੱਡਾ ਠਾਕਰੇ ਸੂਰਮਿਆਂ 'ਚ ਵੱਡਾ ਤੂੰ ਸੂਰਮਾ ਹੈ, ਐਵੇਂ ਨਹੀਂ ਕਿਹਾ। ਉਹਨੇ ਵੇਖਿਆ ਤਾਂ ਖੰਡਿਆ ਹੈ, ਪੇਖ ਰਹੇ ਪੱਪੇ ਨੂੰ ਉੱਤੇ ਅਤੇ ਖੱਖੇ ਨੂੰ ਸਿਹਾਰੀ, ਪੇਖ ਰਹੇ ਵੇਖ ਕੇ ਮੈਂ ਸਮਾਧ ਚਲੇ ਗਈ। ਐਡਾ ਵੇਖਿਆ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸਕਾ ਮੰਤਰ, ਕੌਣ ਜਾਣਦਾ ਹੈ ਗੁਰੂ ਦੀ ਪਾਵਰ ਨੂੰ। ਇੱਥੇ ਮੰਤਰ ਬਣੇ ਪਾਵਰ ਆ, ਅੰਤ ਨਾ ਜਾਪੇ ਕਿਆ ਮਨ ਮੰਤ, ਪਾਵਰ ਉਹਦੀ ਕਿੰਨੀ ਕਿਆ ਕੋਈ ਜਾਣ ਸਕਦਾ।
ਅਸੀਂ ਤਾਂ ਸੁਣੀਆਂ ਸੁਣਾਈਆਂ ਗੱਲਾਂ, ਦਾਸ ਵੀ ਸੁਣੀਆਂ ਸੁਣਾਈਆਂ, ਤੁਸੀਂ ਵੀ ਸੁਣੀਆਂ ਸੁਣਾਈਆਂ, ਕਥਾ ਕਹਾਣੀਆਂ ਸੁਣੀਆਂ ਨੇ। ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਆਨੰਦ ਰੂਪ। ਆਨੰਦ ਰੂਪ ਕਦੀ ਉਦਾਸੀ ਨਹੀਂ। ਮੈਂ ਵੇਖਣ ਡਿਆ ਸਾਂ ਹੁਣੇ ਜਦੋਂ ਸ਼ਬਦ ਸੁਣਦਾ ਹਾਂ, ਅਤੇ ਨਾਲ ਨਾਲ ਹੀ ਤੁਰਿਆ ਜਾਣ ਡਿਆ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਦੇ ਜੰਗਲਾਂ ਵਿੱਚ। ਪਿਤਾ ਤੇਰੇ ਸਰੂਪ ਨੂੰ ਵੇਖ ਰਹੇ ਬਿਸਮਾ, ਇਹ ਤੇਰੀ ਤਾਂ ਕਹਾਣੀ ਲਿਖੀ ਹੈ ਅਤੇ ਲਿਖੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਇੱਥੇ ਨਮੋ ਕਹਿੰਦੇ ਨਮੋ ਜੋਗ ਜੋਗ ਇਸਰਮ ਪਰਮ ਜੁਗਤੇ। ਇਹ ਜਿਹੜੇ ਕਹਿੰਦੇ ਵੀ ਉਹ ਬਾਣੀ ਨਹੀਂ ਅਤੇ ਇਹ ਬਾਣੀ ਨਹੀਂ, ਤਾਂ ਵੇਖੋ ਇਹ ਕਿੱਥੋਂ ਆ ਗਈ ਜੀ, ਫਲਾਣੇ ਵੇਦ 'ਚੋਂ ਚੁੱਕੀ ਆ ਜੀ। ਵੇਦਾਂ ਵਿੱਚ ਇਹ ਕਿੱਥੇ ਗੱਲਾਂ ਲਿਖੀਆਂ ਨੇ, ਕਿੰਨੇ ਸੋਹਣੇ ਬਚਨ ਮਿਲਦੇ ਨੇ ਉਹਦੇ ਅਤੇ ਇਹਦੇ। ਨਮੋ ਯੁੱਧ ਯੁੱਧੇ, ਤੇਰੇ ਵਰਗਾ ਸੂਰਮਾ ਕੋਈ ਨਹੀਂ, ਯੁੱਧ ਕਰਨ ਵਾਲਾ ਵੀ ਤੇਰੇ ਜਿੱਡਾ ਕੋਈ ਨਹੀਂ। ਸਾਰੀ ਦੀ ਸਾਰੀ ਕਹਾਣੀ, ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਤੇ ਆਨੰਦ ਰੂਪ। ਭਾਵੇਂ ਅਨੰਦਪੁਰ ਸਾਹਿਬ ਦੇ ਤਖ਼ਤ 'ਤੇ ਬੈਠੇ ਹੋ, ਚਿਹਰਾ ਉਹੋ ਹੀ ਨਹੀਂ ਪਤਾ ਲੱਗਾ, ਚਿਹਰਾ ਖਿੜਿਆ। ਅਤੇ ਕੋਈ ਨਹੀਂ ਕਹਿ ਸਕਦਾ ਵੀ ਇੱਕ ਰਤੀ ਭਰ ਵਾਲ ਜਿੰਨਾ ਵੀ ਫਰਕ ਪਿਆ ਜਦੋਂ ਚਮਕੌਰ ਦੀ ਗਲੀ ਦੇ ਵਿੱਚੋਂ ਅਜੀਤ ਨੂੰ ਡਿੱਗਦਾ ਵੇਖਿਆ। ਇੱਥੇ ਤਾਂ ਚੁੱਪ ਕਰਕੇ ਬੈਠਾ ਹਾਂ ਤਖ਼ਤ 'ਤੇ, ਅਤੇ ਵਿਚੌਰ ਹੋ ਰਿਹਾ ਸੀ ਸਿਰ 'ਤੇ, ਉੱਥੇ ਤੂੰ ਜਕਾਰੇ ਛੱਡੇ, ਪੁੱਤ ਛਲਣੀ ਛਲਣੀ ਹੋ ਕੇ ਬਰਛਿਆਂ ਨਾਲ ਵਿੰਨਿਆ ਗਿਆ ਅਤੇ ਧਰਤੀ 'ਤੇ ਡਿੱਗਾ। ਉੱਧਰੋਂ ਪੁੱਤ ਨੇ ਡਿੱਗਦੇ ਨੇ ਜਕਾਰਾ ਛੱਡਿਆ, ਉੱਧਰੋਂ ਪਿਓ ਨੇ ਵਿਹਦੇ ਨੇ ਛੱਡਿਆ, ਅਤੇ ਪੰਜ ਛੱਡੇ ਅੱਗੇ ਨਾਲੋਂ ਮੂੰਹ ਹੋਰ ਲਾਲ ਹੋ ਗਏ। ਅਮਾਨਤ ਥੀ ਤੇਰੀ ਅਦਾ ਹੋ ਗਈ, ਰੱਬ ਨੂੰ ਕਹਿ ਰਿਹਾ ਅਮਾਨਤ ਥੀ ਅਦਾ ਹੋ ਗਈ। ਬੜਾ ਸੌਖਾ ਹੁੰਦਾ ਜਦੋਂ ਕਿਸੇ ਕੋਲ ਕਿਸੇ ਦੀ ਚੀਜ਼ ਹੋਵੇ ਅਤੇ ਉਹਨੂੰ ਦੇ ਦੇਵੇ ਇਮਾਨਦਾਰੀ ਨਾਲ। ਹਾਂ, ਕਿੰਨਾ ਹਲਕਾ ਹੁੰਦੀ ਜੀਵ ਆਤਮਾ ਜਦੋਂ ਕਿਸੇ ਦੀ ਕੋਈ ਚੀਜ਼ ਉਹਦੇ ਹਵਾਲੇ ਕਰ ਦਈਏ। ਜਿਹੜਾ ਸਮਝਦਾ ਸੀ ਇਹ ਪੁੱਤ ਮੇਰੇ ਨਹੀਂ, ਯੇ ਪਿਸਰ ਵੀ ਤੇਰੇ ਮੈਂ ਵੀ ਤੇਰਾ, ਚਮਕੌਰ ਦੀ ਗਲੀ 'ਚ ਕਿਹਾ ਹੈ ਅੱਲਾ ਯਾਰ ਖਾਂ ਜੋਗੀ ਦੇ ਨਾਲ, ਵੀ ਇਹ ਪੁੱਤਰ ਵੀ ਤੇਰੇ ਮੈਂ ਵੀ ਤੇਰਾ, ਇਹ ਸਾਰੇ ਸਿੱਖ ਵੀ ਤੇਰੇ, ਸਭ ਕੁਛ ਹੀ ਤੇਰਾ ਹੈ, ਤੇਰਾ ਹੀ ਤੇਰਾ ਕਰਦਾ ਕਰਦਾ ਵਾਹਿਗੁਰੂ 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 ਦੀ ਧੁਨੀ 'ਚ ਲੀਨ ਹੋਇਆ ਰਿਹਾ। ਅੱਜ ਮਾਛੀਵਾੜੇ ਦੇ ਜੰਗਲਾਂ 'ਚ ਤੁਰਿਆ ਜਾ ਰਿਹਾ ਹੈ, ਪੈਰਾਂ 'ਚ ਕੰਢੇ ਵੱਜ ਰਹੇ, ਮਗਰ ਵੇਖਣ ਵਾਲਾ ਕਹਿੰਦਾ ਵੀ ਚਿਹਰਾ ਅੱਗੇ ਨਾਲੋਂ ਸੂਹਾ ਹੋ ਗਿਆ, ਲਾਲ ਸੁਰਖ ਹੋ ਗਿਆ। ਇਹਨੂੰ ਕਹਿੰਦੇ ਆਨੰਦ ਰੂਪ, ਮੰਗਲ ਸਾਧ ਜਾ ਕੇ। ਸੁਖਮਨੀ ਸਾਹਿਬ ਪੜ੍ਹਨ ਵਾਲਾ ਤਾਂ ਭਾਵੇਂ 11 ਵਾਰ ਪੜ੍ਹ ਲਏ, 20 ਵਾਰ ਪੜ੍ਹ ਲਏ, ਗੱਲ ਤਾਂ ਵਿੱਚੋਂ ਪੀਣ ਦੀ ਸੀ ਨਾ, ਤੇਰਾ ਆਨੰਦ ਰੂਪ ਅਤੇ ਸਦਾ ਵੇਖਿਆ ਤੇਰੇ ਚਿਹਰੇ ਦੇ ਉੱਤੇ ਆਨੰਦ ਹੀ ਆਨੰਦ। ਅਤੇ ਅੱਜ ਜਿਹੜੇ ਸ਼ਬਦ ਦੀ ਵਿਆਖਿਆ ਕੀਤੀ, ਤੇਰਾ ਜਨ ਏਕ ਆਧ ਕੋਈ। ਹੁਣ ਗੁਰੂ ਗੋਬਿੰਦ ਸਿੰਘ ਤਾਂ ਹੀ ਤਾਂ ਕਿਹਾ ਹੈ ਵੈ ਪ੍ਰਗਟਿਓ ਵਰਿਆਮ, ਇੱਥੇ ਵੀ ਏਕ ਹੀ ਕਿਹਾ ਹੈ, ਉਸਤਤ ਨਿੰਦਾ ਦੋਂ ਵਿਵਰਜਿਤ, ਤਜੋ ਮਾਨ ਅਭਿਮਾਨਾ ਲੋਹਾ ਕੰਚਨ ਸਮ ਕਰ ਜਾਣੇ। ਵੇਖ ਲਓ ਲਾ ਕੇ ਕਸੋਟੀ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ 'ਤੇ, ਨਹੀਂ ਪਤਾ ਲੱਗ ਰਿਹਾ ਲੋਹਾ
ਤੇ ਕੰਚਨ ਮਨੇ ਸੋਨਾ। ਹੁਣ ਤੁਹਾਡੇ ਤੇ ਮੇਰੇ ਸਾਹਮਣੇ ਦੋ ਕਾਬਲੇ ਪਏ, ਹੁਣ ਡਿੱਗੇ ਕਾਬਲੇ ਸਮਝਦੇ ਹੋ, ਕੀ ਕਹਿੰਦੇ ਉਹਨੂੰ, ਨਟ ਕਹਿ ਦਿਓ, ਨਟ ਕਾਬਲੇ। ਇੱਕ ਸੋਨੇ ਦਾ ਹੋਵੇ, ਇੱਕ ਲੋਹੇ ਦਾ ਹੋਵੇ, ਕੀ ਕਰੋਗੇ? ਅਤੇ ਲੋਹੇ ਨੂੰ ਛੱਡ ਦੋਗੇ, ਪਹਿਲਾਂ ਨਹੀਂ ਛੱਡ ਜੋਗੇ, ਇਹਦਾ ਕੀ ਚੁੱਕਣਾ? ਉਹਨੇ ਆਖਿਆ ਜੀ ਅਜੀਤ ਸਿੰਘ 'ਤੇ ਕੱਪੜਾ ਪਾ ਦਈਏ। ਉਹਨੇ ਕੀ ਕਿਹਾ? ਉਹਨੇ ਕਿਹਾ ਭਾਵੇਂ ਅਜੀਤ ਸਿੰਘ ਆ ਅਤੇ ਭਾਵੇਂ ਉਹ ਮੁਸਲਮਾਨ ਨੇ ਅਤੇ ਭਾਵੇਂ ਆ ਮੇਰੇ ਸਿੱਖ ਨੇ, ਇਹ ਸਾਰੇ ਹੀ ਮੇਰੇ ਪੁੱਤ ਆ। ਲੋਹਾ ਕੰਚਨ ਸਮ ਕਰ ਜਾਂਦੇ ਅਤੇ ਮੂਰਤ ਭਗਵਾਨਾਂ, ਭਗਵਾਨ ਦੀ ਮੂਰਤ ਸੀ ਆਪ ਕਰਕੇ ਵਿਖਾਇਆ ਚਮਕੌਰ ਦੀ ਗੜੀ 'ਚ। ਦਇਆ ਸਿੰਘ ਆ ਕਿਹਦੇ ਕਿਹਦੇ ਉੱਤੇ ਕੱਪੜਾ ਪਾਏਗਾ, ਕਿਹਦਾ ਕਿਹਦਾ ਮੂੰਹ ਟੱਕੇਗਾ? ਇਹ ਸਾਰੇ ਹੀ ਮੇਰੇ ਪੁੱਤ ਨੇ, ਮੇਰੀ ਨਜ਼ਰ ਨਾਲ ਵੇਖ, ਮੁਸਲਮਾਨ ਦੇ ਵਿੱਚ ਵੀ ਜਿਹੜਾ ਬੈਠਾ ਉਹ ਵੀ ਮੇਰਾ ਪੁੱਤ। ਇਹ ਸਰੂਪ ਜਿੰਨੇ ਭਾਂਡੇ ਨੇ ਇਹ ਸਭ ਮੇਰੇ ਪੁੱਤ ਹੀ ਨੇ, ਰਹਿਣ ਦੇ, ਅੱਗੇ ਚਲੇ ਜਾਣਾ। ਆਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾ ਕੇ, ਉਹ ਆ ਮੇਰਾ ਮਲਕ ਪੇਖ ਰਹੀ ਬਿਸਮਾ ਬਿਸਮਾਦ ਸਾਰੇ ਹੀ ਖਜਾਨੇ। ਕਿਸੇ ਨੇ ਆਖਿਆ ਇੱਕ ਪੁੱਤ ਚਾਹੀਦਾ, ਉਹਨੇ ਕਿਹਾ ਸੱਤ ਲੈ ਜਾ, ਉਹਨੇ ਕਿਹਾ ਦੋ ਡੰਗ ਦੀ ਰੋਟੀ ਚਾਹੀਦੀ, ਉਹ ਕਹਿੰਦਾ ਪਾਤਸ਼ਾਹੀਆਂ ਲੈ ਜਾ। ਸਰਬ ਥੋਕ ਸੁਣੀਏ, ਵੇਖ ਕੇ ਹੈਰਾਨ ਰਹਿ ਗਈ, ਰਾਜ ਮੈਂ ਰਾਜ, ਰਾਜ ਮੈਂ ਰਾਜਿਆਂ 'ਚ ਰਾਜਾ ਬਣ ਕੇ ਬੈਠਾ। ਇੱਕ ਹੀ ਤਾਂ ਸ਼ਖਸੀਅਤ ਧਰਤੀ 'ਤੇ ਹੋਈ ਆ ਜਿਹਦੇ ਲਈ ਦੋ ਸ਼ਬਦ ਵਰਤੇ ਜਾ ਸਕਦੇ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਅਤੇ ਬਾਦਸ਼ਾਹ ਦਰਵੇਸ਼, ਦਰਵੇਸ਼ ਬਣੇ ਫਕੀਰ, ਬਾਦਸ਼ਾਹ ਬਣੇ ਬਾਦਸ਼ਾਹ। ਇੱਕ ਸਰੂਪ ਵਿੱਚੋਂ ਦੋ ਸਰੂਪ ਦਿਸਣੇ, ਜਦੋਂ ਨਿਮਰਤਾ ਵੇਖਾਂ, ਰੋਟੀਆਂ ਦਾ ਟੋਕਰਾ ਸਿਰ 'ਤੇ ਰੱਖਿਆ, ਹੱਥ 'ਚ ਬਾਲਟੀ ਫੜੀ ਆ ਦਾਲ ਦੀ, ਅਤੇ ਨੰਗੇ ਪੈਰੀਂ ਕੇਸਗੜ੍ਹ ਸਾਹਿਬ ਤੋਂ ਤਾਰਾਗੜ੍ਹ ਦੇ ਕਿਲੇ ਦੇ ਵਿੱਚ ਜਿੱਥੇ 700 ਬ੍ਰਹਮ ਗਿਆਨੀ ਬੈਠਾ ਸੀ, ਉਹਨਾਂ ਦਾ ਪ੍ਰਸ਼ਾਦਾ ਲੈ ਕੇ ਜਾ ਰਿਹਾ। ਉਹ ਮੈਂ ਤੇਰੀ ਫਕੀਰੀ ਵੇਖੀ, ਜਦੋਂ ਤੈਨੂੰ ਤਖ਼ਤ 'ਤੇ ਬੈਠਾ ਵੇਖਿਆ, ਉਦੋਂ ਬਾਦਸ਼ਾਹ ਵੇਖਿਆ। ਤਾਰਾਗੜ੍ਹ ਸਾਹਿਬ ਗਏ ਦਰਸ਼ਨ ਕੀਤੇ? ਤਾਰਾਗੜ੍ਹ ਸਾਹਿਬ ਜੰਗਲ ਦੇ ਵਿੱਚ ਉਸ ਵੇਲੇ 'ਤੇ, ਹੁਣ ਤਾਂ ਬਹੁਤ ਸੜਕਾਂ ਬਣ ਗਈਆਂ। ਦਾਸ ਨੇ ਜਿਹਨਾਂ ਸਮਿਆਂ ਦਾ ਵੇਖਿਆ, ਬਿਲਕੁਲ ਤੁਰ ਕੇ ਜਾਣਾ ਪੈਂਦਾ ਸੀ ਜੰਗਲ ਦੇ ਵਿੱਚੋਂ ਦੀ। ਉੱਥੋਂ ਤੱਕ ਰੋਟੀਆਂ ਲੈ ਕੇ ਸਿਰ 'ਤੇ ਜਾਣਾ, ਉਹ ਤੇਰੀ ਫਕੀਰੀ ਸੀ, ਦਰਵੇਸ਼ਪਣਾ ਸੀ ਤੇਰਾ। ਤੁਸੀਂ ਤਾਂ ਬਾਣੀ ਦੇ ਪ੍ਰੇਮੀ ਹੋ, ਬਾਣੀ ਵਿੱਚ ਇੱਕ ਦਰਵੇਸ਼ ਲਈ ਸ਼ਬਦ ਲਿਖਿਆ ਹੈ, ਚੇਤਾ ਆਇਆ? ਦਰਵੇਸੀ ਕੋ ਜਾਣ ਸੀ ਐਵੇਂ ਥੋੜ੍ਹਾ ਹਰ ਬੰਦਾ ਫਕੀਰ ਹੋ ਜਾਂਦਾ ਹੈ। ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਲਿਖਤਾ ਹੈ। ਜੇ ਨੰਦ ਲਾਲ ਸਾਹਿਬ ਨੂੰ ਉਹਦੇ 'ਚ ਦਰਵੇਸ਼ੀ ਦਿਸੀ ਤਾਂ ਲਿਖਿਆ, ਨੰਦ ਲਾਲ ਐਵੇਂ ਲਿਖਣ ਵਾਲਾ ਨਹੀਂ ਸੀ ਵੀ ਜਿਹਨੂੰ ਮਰਜ਼ੀ ਸੰਤ ਕਹਿ ਦੇ। ਪਤਾ ਲੱਗਾ ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ਼, ਕੋਈ ਵਿਰਲਾ ਦਰਵੇਸ਼ ਜਾਣਦਾ ਫਕੀਰੀ ਕੀ ਹੁੰਦੀ। ਸਾਡਾ ਪੰਜਾਬ ਅੱਜ ਭਰਿਆ ਹੀ ਸੰਤਾਂ ਨਾਲ, ਦਰਵੇਸ਼ਾਂ ਨਾਲ, ਬੜੇ ਬੜੇ ਵੱਡੇ ਦਰਵੇਸ਼ ਹੈ ਜੀ, ਜੇਬ ਨੋਟਾਂ ਨਾ ਭਰੀ ਨਹੀਂ, ਜੇਬ ਨੋਟਾਂ ਨਾ ਭਰੀ, ਹੱਥ 'ਚ ਰਾਡੋ ਦੀਆਂ ਘੜੀਆਂ, ਡੇਢ ਡੇਢ ਕਰੋੜ ਦੇ ਫੋਨ ਹੱਥ 'ਚ, ਐਡੀਆਂ ਐਡੀਆਂ ਵੱਡੀਆਂ ਗੱਡੀਆਂ,
ਇਹ ਬੜੇ ਦਰਵੇਸ਼ ਬੰਦੇ ਆ ਜੀ। ਦਰਵੇਸੀ ਕੋ ਜਾਣ ਸੀ, ਚੰਗੀ ਤਰ੍ਹਾਂ ਪਕੜ ਕੇ ਵੇਖੋ, ਦਰਵੇਸੀ ਕੋ ਵਿਰਲਾ। ਜੇ ਘਰ ਘਰ ਹੰਦੇ ਮੰਗਦਾ, ਇਹ ਤੁਹਾਡੇ 'ਚੋਂ ਤਾਂ ਹੁਣ ਬਜ਼ੁਰਗ ਕੋ ਮਾਤਾ ਆਈ ਨਹੀਂ, ਤੈਨੂੰ ਪਤਾ ਹੰਦੇ ਬਜ਼ੁਰਗ ਮਾਤਾ ਨੂੰ ਕਿਸੇ ਨੂੰ ਪਤਾ ਹੋਣਾ ਸੀ ਤੇਰੀ ਮਾਂ ਨੂੰ ਜਾਂ ਹੋਰਨਾਂ ਨੂੰ। ਘਰ ਘਰ ਜਿਹੜੀ ਰੋਟੀ ਮੰਗ ਕੇ ਕਹਿੰਦੇ, ਇਹਨੂੰ ਕਹਿੰਦੇ ਹੰਦੇ ਮੰਗਣੇ। ਮਹਾਰਾਜ ਪਾਤਸ਼ਾਹ ਕਹਿੰਦੇ, ਤੀਸਰੇ ਪਾਤਸ਼ਾਹ ਜੀ ਦਾ ਵਚਨ ਹੈ, ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਜੇ ਘਰ ਘਰ ਹੰਦੇ ਮੰਗਦਾ, ਘਰ ਘਰ ਇੱਛ ਰੱਖੀ ਫਿਰਦਾ ਵੀ ਇੱਥੋਂ ਵੀ ਕੁਝ ਮਿਲੇ ਉੱਥੋਂ ਵੀ ਕੁਝ ਮਿਲੇ, ਤ੍ਰਿਗ ਜੀਵਨ ਤ੍ਰਿਗ ਵੇਸ ਨਹੀਂ ਪਤਾ ਲੱਗਾ। ਹਾਂ ਘਰ ਘਰ ਮੰਗਦਾ ਫਿਰਦਾ ਹੈ, ਕੋਈ ਜ਼ਰੂਰੀ ਨਹੀਂ ਹੱਥ ਕਰਕੇ ਮੰਗਣਾ, ਸੁਰਤ ਕਰਕੇ ਤਾਂ ਕਹਿ ਨਹੀਂ ਰਿਹਾ ਇੱਥੋਂ ਵੀ ਕੁਝ ਮਿਲ ਜਾਵੇ ਉੱਥੋਂ ਵੀ ਕੁਝ ਮਿਲ ਜਾਵੇ, ਮੰਗਦਾ ਹੀ ਫਿਰਦਾ। ਫਕੀਰ ਕਾਹਦਾ, ਉਹ ਦੇਣ ਵਾਲਾ ਹੀ ਸੀ। ਇੱਕ ਗੱਲ ਨੋਟ ਕਰਿਓ, ਲੈਣ ਵਾਲਾ ਦੇ ਨਹੀਂ ਸਕਦਾ, ਨਹੀਂ ਲੈਣ ਵਾਲਾ ਦੇ ਨਹੀਂ ਸਕਦਾ। ਹਾਂ ਵੀ ਦੱਸੇ, ਪਤਾ ਲੱਗਾ ਕਿ ਲੈਣ ਵਾਲਾ ਦੇ ਨਹੀਂ ਸਕਦਾ, ਜਿਹੜਾ ਆਪ ਲੈ ਰਿਹਾ ਕਿਸੇ ਤੋਂ ਉਹ ਦੇ ਨਹੀਂ ਸਕਦਾ, ਅਤੇ ਦੇਣ ਵਾਲਾ ਲੈ ਨਹੀਂ ਸਕਦਾ। ਜਿੰਨੇ ਮਰਜ਼ੀ ਦਰਬਾਰ ਸਾਹਿਬ ਢੇਰ ਲਾਉਂਦੇ ਉਹ ਨੋਟਾਂ ਦੇ, ਉਹ ਥੋੜ੍ਹਾ ਲੈਣ ਡਿਆ। ਕੌਣ ਭਰ ਭਰ ਕੇ ਟਰੰਕ ਚੁੱਕੀ ਫਿਰਦਾ, ਉਹ ਟਰੰਕ ਭਰ ਭਰ ਕੇ ਕੌਣ ਲਈ ਜਾਂਦਾ ਹੈ? ਕਹਿੰਦੇ ਉੱਥੇ ਗਿਆ ਦਰਬਾਰ ਸਾਹਿਬ ਅਤੇ ਉਹਨੇ ਉਹਨੂੰ ਮਾਤਾ ਨੇ ਕੱਢ ਕੇ 5 ਦਾ ਨੋਟ ਫੜਾ ਦਿੱਤਾ, ਪਤਾ ਲੱਗਾ ਨਹੀਂ। ਉਹ ਗਿਆ ਮੱਥਾ ਟੇਕਣ ਕਿਸੇ ਵੇਲੇ ਜਿਹੜਾ ਟਰੰਕ ਚੁੱਕਦਾ ਹੁਣ, ਅਤੇ ਉਹ ਮਾਤਾ ਨੇ 5 ਰੁਪਈਏ ਦੇ ਦਿੱਤੇ, ਕਹਿੰਦਾ ਮਾਤਾ ਜੀ ਮੱਥਾ ਅੰਦਰ ਟੇਕੋ। ਉਹ ਕਹਿੰਦੀ ਉੱਥੋਂ ਵੀ ਤਾਂ ਤੇਰੇ ਕੋਲ ਹੀ ਆਉਣੇ, ਨਹੀਂ ਪਤਾ ਉੱਥੋਂ ਘੁੰਮ ਕੇ ਤੇਰੇ ਕੋਲ ਹੀ ਨਹੀਂ, ਇੱਥੋਂ ਲੈ ਲਾ। ਜਿਹੜਾ ਉਹ ਵਾਹਿਗੁਰੂ ਆ, ਉਹ ਦੇਣ ਵਾਲਾ ਹੈ, ਵੱਡਾ ਦਾਤਾ, ਤਮਾਏ ਨਹੀਂ ਤਮਾਏ ਤਮਾਏ, ਉਹਨੂੰ ਤਿਲ ਮਾਤਰ ਵੀ, ਉਹ ਵੱਡਾ ਪੁਰਖ ਆ। ਜੇ ਘਰ ਘਰ ਹੰਦੇ ਮੰਗਦਾ ਤ੍ਰਿਗ ਜੀਵਨ ਅਤੇ ਆਸ ਅੰਦੇਸਾ ਤਾਜ ਰਹੇ, ਇਹ ਵੀ ਦਰਵੇਸ਼ੀ ਹੈ। ਆਸ ਇਹ ਨਾ ਅੰਦੇਸ਼ਾ ਹੋਵੇ ਘੜੀ ਕਿ ਨੂੰ ਪ੍ਰਸ਼ਾਦਾ ਮਿਲੂ ਕਿ ਨਹੀਂ, ਆਸ ਨਾ ਕਿਸੇ ਦੇ ਉੱਤੇ ਕਰੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਦਾ ਫਕੀਰ ਹੁੰਦਾ ਹੈ, ਅਤੇ ਬਾਬੇ ਫਰੀਦ ਨੇ ਤਾਂ ਇੱਥੋਂ ਲਿਖਿਆ ਹੈ, ਫਰੀਦਾ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਦਰਵੇਸ਼ੀ ਕਿਤੇ ਐਵੇਂ ਥੋੜ੍ਹੀ ਪਈ, ਰਾਜ ਮੈਂ ਰਾਜ, ਰਾਜਿਆਂ 'ਚ ਤੂੰ ਅਤੇ ਜੋਗੀਆਂ 'ਚ ਤੂੰ, ਤਪ ਮੈਂ ਤਪੀਸਰ, ਤਪਿਆ ਤਪ ਕਰਦਾ ਵੀ ਤੈਨੂੰ ਵੇਖਿਆ ਹੇਮਕੁੰਡ ਸਾਹਿਬ ਬੈਠਾ ਚੌਂਕੜਾ, ਅਤੇ ਕਿੰਨਾ ਚਿਰ ਤੇਰਾ ਚੌਂਕੜਾ ਨਾ ਖੁੱਲ੍ਹਾ। ਇਹ ਬਿਦ ਕਰਤ ਉਦੋਂ ਹੀ ਉੱਠਿਓ, ਇਹ ਬਿਦ ਕਰਤ ਤਪੱਸਿਆ ਪਇਓ ਉਦੋਂ ਉੱਠਿਓ। ਸਾਡੇ ਵਾਂਗੂ ਥੋੜ੍ਹਾ ਵੀ ਰਾਕਸ਼ ਬੈਠਾ ਤਾਂ ਰਾਕਸ਼ ਹੀ ਉੱਠ ਖਲੋਤਾ ਵਾਹਿਗੁਰੂ ਵਾਹਿਗੁਰੂ ਕਰਕੇ, ਨਿੰਦਕ ਬੈਠਾ, ਪਤਾ ਲੱਗ ਰਿਹਾ ਜੇ ਕਿ ਨਹੀਂ, ਨਿੰਦਕ ਬੈਠਾ ਅਤੇ ਨਿੰਦਕ ਹੀ ਉੱਠ ਖਲੋਤਾ, ਮਸਲਾ ਹੱਲ ਹੀ ਨਹੀਂ ਹੋਇਆ। ਕਿਸੇ ਦਫ਼ਤਰ ਵਿੱਚ ਵੀ ਜਾਣਾ ਹੈ ਤੂੰ ਕਹਿੰਦਾ ਭਾਅ ਜੀ ਹੁਣ ਆਏ ਹਾਂ ਅਤੇ ਕੰਮ ਕਰਕੇ ਜਾਵਾਂਗੇ, ਇੱਥੇ ਜਿਸ ਤਰ੍ਹਾਂ ਦਾ ਬੈਠਾ ਉਸ ਤਰ੍ਹਾਂ ਦਾ ਹੀ ਉੱਠ ਖਲੋਂਦਾ। ਬੈਠਾ ਸੀ ਮੇਰਾ ਬਾਪ ਤਾਂ ਮੈਂ ਤਪੀਸਰ, ਉੱਧਰ ਭਾਰੀ ਕਰੀ ਤਪੱਸਿਆ, ਉੱਥੇ ਵੀ ਲਿਖਿਆ ਵੱਡੇ ਭਾਗ ਹਰਸਿਉ ਬਣ ਆਈ, ਬਣ ਨਹੀਂ ਜਿੰਨਾ ਚਿਰ ਆਈ ਉਹਨਾਂ 'ਚ ਰੁੱਟਿਆ ਹੀ ਨਹੀਂ, ਨਹੀਂ ਪਤਾ
ਪਤਾ ਲੱਗ ਰਿਹਾ? ਜਿੰਨਾ ਚਿਰ ਇੱਕ ਨਹੀਂ ਹੋ ਗਿਆ, ਬਣ ਨਹੀਂ ਗਈ ਪ੍ਰੀਤੀ, ਉਹਨਾਂ ਚਿਰ ਅੱਕ ਰੇਤ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ। ਅਤੇ ਉੱਧਰ ਵੀ ਕਹਿੰਦੇ ਬਾਬਾ ਪੈਂਦਾ ਸੱਚਖੰਡ, ਇਹ ਕਹਿੰਦੇ ਤਪ ਕਰਤੇ ਪ੍ਰਭ ਮੋਹੇ ਬੁਲਾਇਓ। ਦੋਵੇਂ ਸ਼ਬਦ ਵੇਖੋ ਕਿੰਨੇ ਪਿਆਰੇ ਨੇ, ਕੋਈ ਪਤਾ ਲੱਗ ਰਿਹਾ ਵੀ ਅਰਸ਼ਵੀਰ ਸਿੰਘ ਕੀ ਵੀ ਇੱਥੇ ਤਪ ਕਰਦੇ ਕਰਦੇ ਨੂੰ ਅਤੇ ਬੁਲਾਇਆ ਤਾਂ ਸਮਝ ਲਓ ਦਰਗਾਹ 'ਚ ਬੁਲਾਇਆ, ਹੋਰ ਕਿੱਥੇ ਬੁਲਾਉਣਾ ਸੀ ਜਿੱਥੇ ਉਹ ਬੈਠਾ ਸੀ। ਇੱਥੇ ਵੀ ਕਹਿੰਦੇ ਬਾਬਾ ਪੈਂਦਾ ਸੱਚਖੰਡ, ਵੇਖੋ ਸ਼ਬਦ ਕਿੰਨੇ ਪਿਆਰੇ ਨੇ, ਲਾਗੇ ਲਾਗੇ ਦੇ ਨੇ, ਕੋਈ ਨਿਗਾਹ ਮਾਰ ਕੇ ਵੇਖੇ ਤੇ ਉਹਦੀ ਵੀ ਤਪੱਸਿਆ ਪ੍ਰਮਾਣ ਹੋਈ ਤੇ ਉਹਨੂੰ ਕਿਹਾ ਆ ਜਾ ਬਈ ਹੁਣ ਇੱਧਰ ਹੀ ਆ ਜਾ, ਗੱਲਾਂ ਕਰ ਹੀ ਲਈਏ ਹੁਣ ਬਹਿ ਕੇ। ਦੇਵਪੁਰੀ ਮੈਂ ਗਏ ਹੋ, ਇਤਨਾ ਹੀ ਹੈ ਅੱਗੇ? ਦੇਵਪੁਰੀ ਮੈਂ ਗਏ ਹੋ ਹਰ ਪਰਮੇਸ਼ਰ ਪਾਇਓ, ਪਰਮੇਸ਼ਰ ਨੂੰ ਚੰਗੇ ਲੱਗੇ ਕੌਣ? ਗੁਰੂ ਨਾਨਕ ਸਾਹਿਬ ਜੀ ਬੁਲਾ ਕੇ ਦੇਵਪੁਰੀ ਮੈਂ ਗਏ ਹੋ, ਆ ਜਾ ਬਈ। ਅਤੇ ਉਹ ਵੀ ਚਲੋ ਗਏ ਉੱਠ ਕੇ ਵੀ ਯਾਰੀ ਬਣ ਗਈ ਆ, ਅਤੇ ਚਲੇ ਗਏ ਹਰ ਸੰਘਾਸਨ ਦੀ ਉਹ ਪਰਮੇਸ਼ਰ ਆਪਣੇ ਸੰਘਾਸਨ ਤੋਂ ਉੱਠ ਖਲੋਤੇ, ਸ੍ਰੀ ਗੁਰੂ ਤੈਂ ਬਿਠਾਇਓ, ਇਤਨਾ ਲਿਖਿਆ ਜੀ ਬਾਣੀ ਦੇ ਵੇਖੋ, ਵੇਖੋ ਨਾ ਪੜ੍ਹ ਕੇ ਵੇਖੋ, ਸ੍ਰੀ ਗੁਰੂ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਕੜ 'ਚ ਆ ਗਿਆ ਵਚਨ, ਦੋਵੇਂ ਸਰੂਪ ਆਦਿ ਤੇ ਕੇ ਅਵਤਾਰਾ, ਆਦਿ ਵਾਲਾ ਵੀ ਅਤੇ ਅੰਤ ਵਾਲਾ ਵੀ, ਦੋਵਾਂ ਦੀ ਕਹਾਣੀ ਇੱਕ। ਪਤਾ ਲੱਗਾ ਆਦਿ ਵਾਲੇ ਨੇ ਵੀ ਭਾਰੀ ਕਰੀ ਅਤੇ ਵੱਡੇ ਭਾਗ ਹਰ ਸਿਉਂ, ਇੱਧਰੋਂ ਬਾਣ ਆਈ ਅਤੇ ਉਧਰੋਂ ਬੁਲਾ ਲਿਆ ਆ ਜਾ, ਨਹੀਂ ਉੱਥੇ ਹਾਲੀ ਬੁਲਾ ਲਿਆ ਸੱਚਖੰਡ ਬਾਬਾ, ਆਵਾਜ਼ ਆਈ ਤੇ ਗਿਆ, ਬਣ ਜੂ ਆਈ ਤੁਹਾਡੀ ਮੇਰੀ ਬਾਣ ਆ ਜਾਏ ਤੇ ਤੁਹਾਨੂੰ ਮੈਂ ਕਹਿੰਦਾ ਆ ਜਾਓ ਭਾਅ ਜੀ ਇੱਥੇ ਬਹਿ ਕੇ ਗੱਲ ਕਰ, ਦੂਸਰੇ ਕੋਲੋਂ ਤਾਂ ਡਰਦੇ ਰਹੀਦਾ ਭਾਅ ਜੀ ਮੈਨੂੰ ਦੱਸੋ ਮੈਂ ਤੁਹਾਨੂੰ ਕਿੱਥੇ ਮਿਲਾਂ, ਨਹੀਂ ਪਤਾ ਲੱਗ ਜਿਹਦੇ ਨਾਲ ਤੁਹਾਡੀ ਪੂਰੀ ਨਾ ਬਣੀ ਹੋਵੇ ਉਹਨੂੰ ਤੁਸੀਂ ਕਹਿੰਦੇ ਹੋ ਭਾਅ ਜੀ ਜਗ੍ਹਾ ਦੱਸੋ ਆਪਾਂ ਬਾਹਰ ਮਿਲਦੇ ਹਾਂ ਕਿਤੇ, ਘਰ ਸੱਦੇ ਹੋ, ਬਣ ਆ ਗਈ ਨਾ ਦੋਵਾਂ ਦੀ, ਕਿਹਦੀ ਕਿਹਦੀ ਭਲਾ? ਹਾਂ ਹੋਰ ਦੂਸਰਾ ਕੌਣ? ਹਾਂ ਗੁਰੂ ਨਾਨਕ ਸਾਹਿਬ ਦੀ ਅਤੇ ਪਰਮੇਸ਼ੁਰ ਦੀ ਬਣ ਆ ਗਈ, ਵੱਡੇ ਭਾਗ ਹਰ ਸਿਉਂ ਦਰਗਾਹ 'ਚ ਅਜੇ ਨਹੀਂ ਗਏ, ਨਾ ਬਣ ਆ ਗਈ ਤਪੱਸਿਆ ਕਰਦਿਆਂ ਦੀ, ਅੱਕ ਰੇਤ ਆਹਾਰ ਕਰ
ਅੱਕ ਖਾ ਕੇ, ਰੇਤ ਖਾ ਕੇ, ਇਹਦਾ ਭੋਜਨ ਕਰਕੇ, ਸਖਤ ਕਰਕੇ, ਇਹ ਨਹੀਂ ਸਖਤ ਕਰਕੇ, ਇਹ ਨਹੀਂ ਵੀ ਅੱਕ ਖਾਧਾ ਰੇਤ ਖਾਧੀ, ਗੱਲ ਤਾਂ ਇਹ ਹੈ ਵੀ ਇੰਨਾ ਕੌੜਾ ਵੀ ਇਸ ਤਰ੍ਹਾਂ ਦਾ ਗੁਜ਼ਾਰਾ ਕਰਕੇ ਵੀ ਚੌਂਕੜਾ ਨਹੀਂ ਛੱਡਿਆ, ਅਤੇ ਰੋੜਾਂ ਦੀ ਗੁਰ ਕਰੀ ਵਿਛਾਈ, ਕੋਈ ਵੱਡੇ ਵੱਡੇ ਗੱਦਿਆਂ 'ਤੇ ਬਹਿ ਕੇ ਨਹੀਂ ਬੈਠਾ, ਜਿਸ ਤਰ੍ਹਾਂ ਦਾ ਮਿਲਿਆ ਉਸ ਤਰ੍ਹਾਂ ਦਾ ਆਸਣ 'ਤੇ ਬੈਠੇ ਨੇ, ਸੁਰਤ ਚਾੜ ਲਈ ਨੌ ਦਰਵਾਜ਼ਿਆਂ 'ਚੋਂ ਤਾਂ, ਅਤੇ ਦਸਮ 'ਚ ਅਨਹਦ ਸ਼ਬਦ ਦਸਮ ਦੁਆਰ ਵੱਜਿਆ, ਨਹੀਂ ਚੜ੍ਹੀ ਕਦੀ ਗੁਰੂ ਰਹਿਮਤ ਕਰੇ, ਅਨਹਦ ਸ਼ਬਦ ਵੱਜਿਆ, ਵਾਹਿਗੁਰੂ ਵਾਹਿਗੁਰੂ ਉੱਥੇ ਜਾ ਕੇ ਹੋਇਆ, ਤੈਂ ਅੰਮ੍ਰਿਤ ਨਾਮ ਚੋ ਆਇਆ ਥਾ, ਚੋ ਆਇਆ ਥਾ, ਮੱਝ ਚੋਈ ਦੀ ਜਿਸ ਤਰ੍ਹਾਂ ਇਸ ਤਰ੍ਹਾਂ ਧਾਰਾਂ ਵਗਣ ਲੱਗ ਪਈਆਂ ਅੰਮ੍ਰਿਤ ਦੀਆਂ ਦਸਮ ਦੁਆਰ 'ਚੋਂ, ਅਨਭਉ ਬਾਣੀ ਆਉਂਦੀ ਹੈ ਤਾਂ ਹੋਰ ਆਨੰਦ ਆਊਗਾ, ਆਉਂਦੀ ਨਹੀਂ, ਅਨਭਉ ਅਚਰਜ ਰੂਪ ਪ੍ਰਭ ਪੇਖਿਆ ਉੱਥੇ ਜਾ ਕੇ, ਫਿਰ ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ, ਉੱਥੋਂ ਛੱਡੇ ਹੀ ਨਾ, ਉੱਥੋਂ ਛੱਡੇ ਹੀ ਨਾ, ਉਸ ਆਨੰਦ ਨੂੰ ਛੱਡੇ ਹੀ ਨਾ, ਇਹ ਵੀ ਕਹਿੰਦਾ ਚਿੱਤ ਨਾ ਪਇਓ, ਇਹ ਵੀ ਨਹੀਂ ਛੱਡਦਾ, ਵੇਖੋ ਸ਼ਬਦ ਕਿੰਨੇ ਸੋਹਣੇ ਆ ਅਤੇ ਮਿਲਦੇ ਕਿੰਨੇ ਸੋਹਣੇ ਆ, ਕਿੱਥੇ ਕਿੱਥੇ ਜਾ ਕੇ ਮਿਲ ਰਿਹਾ, ਉਹ ਵੀ ਕਹਿੰਦਾ ਅਨਭਉ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨਾ ਕਤਹੂ ਜਾਇਆ ਤਾਂ, ਉਹ ਵੀ ਕਹਿੰਦਾ ਜਦੋਂ ਮੈਂ ਇੱਥੇ ਬੈਠਾ ਸਾਂ ਨਾ ਅਤੇ ਚੇਤਨਾ ਪਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨਨ, ਇਸ ਤਰ੍ਹਾਂ ਹੀ ਦੋਵੇਂ ਸਰੂਪ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਇੱਧਰ ਕਹਿੰਦੇ, ਇੱਧਰ ਕਹਿੰਦੇ ਵੀ ਵੱਡੇ ਭਾਗ ਹਰ ਸਿਓਂ ਬਣ ਆਈ ਬਾਬਾ ਪਹਿੰਦਾ, ਪਹਿੰਦਾ ਮੈਂ ਗਿਆ ਸੱਚ ਖੰਡ, ਅਤੇ ਉੱਥੇ ਝੋਲੀ ਕਰਕੇ ਇਸ ਤਰ੍ਹਾਂ ਖਲੋ ਗਿਆ, ਮਹਾਰਾਜ ਮੈਨੂੰ ਇੱਕ ਚੀਜ਼ ਦਿਓ, ਉਹਨੇ ਕਿਹਾ ਮੈਂ ਤਾਂ ਬਹੁਤ ਕੁਝ ਨਾਨਕ ਤੈਨੂੰ ਦੇ ਕੇ ਭੇਜਿਆ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਤੁਹਾਨੂੰ ਤਾਂ ਬਹੁਤ ਕੁਝ ਦੇ ਕੇ ਭੇਜਿਆ, ਕਹਿੰਦੇ ਇੱਕ ਚੀਜ਼ ਦੀ ਮੈਨੂੰ ਜਿਹੜੀ ਮਹਿਸੂਸ ਹੋ ਰਹੀ ਹੈ ਵੀ ਗਰੀਬੀ ਘੱਟ ਆ ਜੇ, ਦੇ ਤੁਸੀਂ ਬਹੁਤਾ ਦਿੱਤਾ ਭਾਂਡਾ ਮੇਰਾ ਛੋਟਾ, ਨਿਮਰਤਾ ਹੈ ਉਹਦੀ, ਦੇ ਤੁਸੀਂ ਅਤੇ ਭਾਂਡਾ ਮੇਰਾ, ਅਤੇ ਉਹਨਾਂ ਕਿਹਾ ਕੀ ਚਾਹੀਦਾ, ਕਹਿੰਦੇ ਗਰੀਬੀ ਬਖਸ਼ੋ, ਨਿਮਰਤਾ ਬਖਸ਼ੋ, ਕਿਤੇ ਬਾਬਾ ਨਾ ਬਣ ਕੇ ਬਹਿ ਜਾਂ, ਕਿਤੇ ਗੁਰੂ ਨਾ ਖਵਾਉਣ ਲੱਗ ਪਾਂ, ਚੇਤਾ ਨਾ ਭੁੱਲ ਜਾ ਵੀ ਰੱਬ ਤੂੰ ਏ, ਅਤੇ ਮੈਂ ਰੱਬ ਬਣ ਕੇ ਨਾ ਉੱਥੇ ਪ੍ਰਚਾਰ ਕਰਨ ਲੱਗ ਪਾਂ ਵੀ ਮੈਂ ਹੀ ਰੱਬ ਆ ਗਿਆ ਜੇ ਦੁਨੀਆਂ ਦੇ ਉੱਤੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਉਹ ਜਿਹੜਾ ਹੈ ਉਹ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਐਸੀ ਪੇਖ ਰਹੀ ਬਿਸਮਾ, ਜਿੰਨੇ ਜਿੰਨੇ ਉਹਨੂੰ ਜਾਇਆ ਧਿਆਇਆ ਧਿਆਏ ਧਿਆਏ ਭਗਤੇ ਸੁਖ ਪਾਇਆ, ਪੇਖ ਰਹੀ ਬਿਸਮਾਤ ਹੋ ਗਈ, ਜਿੰਨੇ ਜਿੰਨੇ ਵਾਹਿਗੁਰੂ ਵਾਹਿਗੁਰੂ ਜਪਿਆ, ਜਿਨ ਜਿਨ ਨਾਮ ਧਿਆਇਆ, ਹਰ ਗੁਰ ਪੂਰਾ ਆਰਾਧਿਆ, ਸੱਚ ਖਰੇ ਕੂੜ ਗਏ, ਪੇਖ ਰਹੀ ਬਿਸਮਾ, ਜਪਣ ਵਾਲੇ ਦੇ ਅੰਦਰੋਂ ਝੂਠ ਚਲੇ ਗਿਆ, ਪੇਖ ਰਹੀ ਬਿਸਮਾ, ਵੇਂਹਦਿਆਂ ਵੇਂਹਦਿਆਂ ਹੀ ਜ਼ਿੰਦਗੀ ਰੱਬ ਬਣ ਗਈ, ਨਹੀਂ ਪਤਾ ਅਸੀਂ ਵੇਖੇ ਨਹੀਂ ਨਾ, ਤਾਂ ਕਰਕੇ ਸਾਡਾ ਕਿੱਲਾ ਨਹੀਂ ਠੋਕਰਿਆ, ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ, ਪੂਰਨ ਤੌਰ 'ਤੇ ਸੱਚ ਨਾਲ ਭਰ ਗਏ ਨੱਕੋ ਨੱਕ, ਪੇਖ ਰਹੀ ਇਹ ਆ ਉਸ ਮਾਲਕ ਦਾ, ਧਿਆਏ ਧਿਆਏ ਭਗਤੇ ਸੁੱਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਅੱਜ ਵਾਲਾ ਬਚਨ ਵਿਚਾਰ ਲਈਏ, ਸਮਾਂ ਹੋ ਗਿਆ।
ਵਾਹਿਗੁਰੂ 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 ਆਖੋ ਸਤਨਾਮ ਸ੍ਰੀ। ਅੱਜ ਵਾਲਾ ਸਲੋਕ ਆ ਡੰਡੋਤ ਬੰਧਨ ਅਨਕਬਾਰ, ਜਿਹੜਾ ਆਪਾਂ ਰੋਜ਼ ਪੜ੍ਹਦੇ ਹਾਂ। ਮੇਰੀ ਅਨੰਤ ਵਾਰ ਤੇਰੇ ਚਰਨਾਂ 'ਚ ਡੰਡੋਤ ਬੰਧਨ ਦਾ ਲੰਮੇ ਪੈ ਕੇ ਮੱਥਾ ਟੇਕਣਾ, ਬੰਧਨਾ ਕਰਨੀ। ਕਿਹਦੇ ਚਰਨਾਂ 'ਚ? ਸਰਬ ਕਲਾ। ਐਵੇਂ ਨਹੀਂ ਵੀ ਜਿੱਥੇ ਮਰਜ਼ੀ ਕਿਸੇ ਪੱਥਰ ਨੂੰ ਮੱਥਾ ਟੇਕਤਾ, ਕਿਸੇ ਨੂੰ ਟੇਕਤਾ, ਪਿੱਪਲ ਨੂੰ ਟੇਕਤਾ। ਜਿਹੜੇ ਪਿੱਪਲ ਨੂੰ ਇੱਕ ਮਿੰਟ ਦੇ ਵਿੱਚ ਮਸ਼ੀਨ ਲਾ ਕੇ ਕੱਟਿਆ ਜਾ ਸਕਦਾ, ਤੂੰ ਉਹਦੀ ਅਰਾਧਨਾ ਕਰ ਰਿਹਾ ਨਹੀਂ ਪਤਾ। ਜਿਹੜੇ ਪੱਥਰ ਦਾ ਦੋ ਮਿੰਟ ਦੇ ਵਿੱਚ ਮਸ਼ੀਨ ਨੇ ਚੂਰਾ ਕਰ ਦੇਣਾ, ਤੂੰ ਉਹਦੀ ਅਰਾਧਨਾ ਕਰ ਰਿਹਾ। ਮੈਂ ਉਹਦੇ ਚਰਨਾਂ 'ਚ ਅੱਜ ਬੇਨਤੀ ਕਰ ਰਿਹਾ, ਜਿਹੜਾ ਡੰਡੋਤ ਬੰਧਨ ਅਨਕ ਬਾਰ, ਜਿਹੜਾ ਸਰਬ ਕਲਾ, ਉਹ ਕੀ ਹੈ? ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅਤੇ ਰੋਜ਼ ਹੱਥ ਜੋੜਿਆ ਕਰੋ ਵੀ ਮਹਾਰਾਜ ਜੀ ਮੈਂ ਆਪਣੇ ਬੱਚਿਆਂ ਵੱਲ ਵੇਖ ਕੇ ਕਈ ਵਾਰ ਡੋਲਦਾ, ਇਸ ਤਰ੍ਹਾਂ ਹੀ ਆਪਣੀ ਸਿਹਤ ਵੱਲ ਵੇਖ ਕੇ ਕਦੀ ਡੋਲਦਾ, ਕਦੀ ਆਪਣੀ ਪਦਵੀ ਵੱਲ ਵੇਖ ਕੇ ਡੋਲਦਾ, ਮੈਂ ਡੋਲਦਾ ਹੀ ਰਹਿੰਦਾ। ਅਤੇ ਇਹ ਡੋਲਣ ਡੀਗਾ ਤੋਲੋ ਹੈਗਾ, ਤੋਲੋ ਜੋ ਮੰਨ ਕੇ ਭਰਮਾਂ, ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾਂ, ਭਰਮ ਕਾਟੇ ਗੁਰ ਆਪਣੇ ਵਿਸ਼ਰਾਮ ਆ ਗਿਆ, ਹੁਣ ਨਹੀਂ ਡੋਲਦਾ, ਹੁਣ ਟਿਕ ਗਿਆ ਇੱਕ ਜਗ੍ਹਾ 'ਤੇ, ਭਰਮ ਕੱਟਤੇ ਨਾ ਉਹਨੇ। ਅਤੇ ਤੁਸੀਂ ਹੱਥ ਜੋੜੋ ਜਿੰਨੀਆਂ ਮੇਰੀਆਂ ਭੈਣਾਂ ਵੀਰ ਗੁਰਸਿੱਖ ਬੈਠੇ ਹੋ, ਵੀ ਮਹਾਰਾਜ ਔਲਾਦ ਤੇਰੀ, ਜੇ ਬੱਚੇ ਵੀ ਆਪਕੇ ਮੈਂ ਵੀ ਆਪਕਾ ਹੂੰ ਕਹਿੰਦਾ ਸੀ, ਅਸੀਂ ਨਹੀਂ ਕਹਿ ਸਕਦੇ, ਇਹ ਕਿੱਲਾ ਸਾਡਾ ਨਹੀਂ ਠੁੱਕ ਸਕਦਾ, ਠੁਕਣਾ ਚਾਹੀਦਾ, ਕਿੱਲਾ ਠੁਕਣਾ ਚਾਹੀਦਾ। ਉਹਨੇ ਚਮਕੌਰ ਦੀ ਗੜੀ 'ਚ ਕਿਹਾ, ਜਿਸ ਵੇਲੇ ਇਸ ਤਰ੍ਹਾਂ ਸੀ, ਇੱਲ ਵੀ ਕੁੱਕੜੀ ਦੇ ਬੱਚਿਆਂ ਦੇ ਉੱਤੇ ਜਦੋਂ ਉੱਡਦੀ ਹੈ ਨਾ ਇੱਲ ਜਾਂ ਬਾਜ਼, ਅਤੇ ਕੁੱਕੜੀ ਕੁੜ 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 ਕਰਕੇ ਆਪਣੇ ਬੱਚਿਆਂ ਨੂੰ ਖੰਭਾਂ ਥੱਲੇ ਲੈ ਜਾਂਦਾ। ਉਹ ਕਹਿੰਦਾ ਸੀ ਬਾਜ਼ ਵੀ ਵਜ਼ੀਰ ਖਾਂ ਸਾਹਮਣੇ ਆ, ਮਗਰ ਮੈਂ ਇਹਨਾਂ ਨੂੰ ਖੰਭਾਂ ਥੱਲੇ ਨਹੀਂ ਦੇਣਾ, ਕਿਉਂਕਿ ਮੇਰੇ ਨਹੀਂ ਤੇਰੇ ਨੇ। ਨਹੀਂ ਪਤਾ ਲੱਗ ਲੱਗ ਗਿਆ ਪਤਾ ਕਿ ਨਹੀਂ, ਮੈਂ ਖੰਭਾਂ ਥੱਲੇ ਦੇ ਕੇ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਵੀ ਰਾਤ ਦੇ ਹਨੇਰੇ 'ਚ ਇਹਨਾਂ ਨੂੰ ਲੈ ਕੇ ਭੱਜਾਂ। ਬੱਚੇ ਵੀ ਤੇਰੇ, ਇਹ ਸਭ ਕੁਛ ਤੇਰਾ ਹੀ ਰੂਪ ਆ। ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅੱਗੇ ਜਾ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਪੌੜੀ ਵਿੱਚ ਬੜਾ ਸੋਹਣਾ ਕਿਹਾ, ਆਂਦੇ ਤੂੰ ਇਸ ਘਰ ਨੂੰ, ਇਸ ਦੁਨੀਆਂ ਨੂੰ ਡੇਰਾ ਬਣਾ ਕੇ ਬੈਠਾ ਹੈ ਨਾ, ਅਤੇ ਆ ਸੁਣਿਓ ਹੁਣ, ਡੱਡਾ ਡੇਰਾ ਇਹ ਨਹੀਂ, ਇਹ ਡੇਰਾ ਨਹੀਂ ਗਾ ਜਿਹਨੂੰ ਤੂੰ ਡੇਰਾ ਸਮਝ ਬੈਠਾ ਹੈ। ਜੈ ਡੇਰਾ ਤੈ ਜਾਣ, ਜੈ ਡੇਰਾ। ਪਰਸੋਂ ਇਹਦਾ ਉਦੇ ਸਿੰਘ ਦਾ ਸੀ ਜਨਮ ਦਿਨ, ਅਤੇ ਇਹਨੂੰ ਗੁਰਦੁਆਰਾ ਸਾਹਿਬ ਖੜਿਆ, ਅਤੇ ਉੱਥੇ ਉਹ ਜਿਹੜੀ ਪਰਚੀ ਕਟਾਈ, ਅਤੇ ਉਹਨੂੰ ਉਹ ਕਹਿੰਦਾ ਐਡਰੈਸ ਦੱਸੋ ਜੀ, ਉਦੇ ਸਿੰਘ ਲਿਖ ਕੇ ਕਹਿੰਦਾ ਐਡਰੈਸ ਦੱਸੋ। ਮੈਂ ਕਿਹਾ ਆਨੰਦਪੁਰ ਸਾਹਿਬ। ਕਹਿੰਦਾ ਜੀ ਉੱਥੇ ਕੋਈ ਕੋਠਾ ਕੋਈ ਘਰ ਤਾਂ ਹੋਊਗਾ ਜੀ। ਕੋਈ ਮਕਾਨ ਨੰਬਰ, ਕੋਈ ਰੋਡ ਨੰਬਰ ਦੱਸੋ। ਮੈਂ ਚੁੱਪ ਕੀਤਾ ਰਿਹਾ,
ਦੋ ਵਾਰ ਉਹਨੇ ਮੈਨੂੰ ਕਿਹਾ ਪਰਚੀ ਕੱਟਣ ਵਾਲੇ ਨੇ, ਭਾਈ ਸਾਹਿਬ ਜੀ ਕੋਈ ਇੱਥੋਂ ਦਾ ਐਡਰੈਸ ਦੱਸੋ। ਮੈਂ ਇੱਥੋਂ ਦਾ ਤਾਂ ਕੋਈ ਐਡਰੈਸ ਹੀ ਨਹੀਂ, ਡੱਡਾ ਡੇਰਾ ਇਹ ਨਹੀਂ, ਇਹਦੇ ਡੇਰਾ ਹੀ ਨਹੀਂ, ਜੈਂ ਡੇਰਾ ਤੈਂ ਜਾਣ। ਕਹਿੰਦਾ ਕੋਈ ਐਡਰੈਸ ਦੱਸੋ। ਮੈਂ ਕਿਹਾ ਸ਼੍ਰੀ ਕੇਸਗੜ੍ਹ ਸਾਹਿਬ। ਕਹਿੰਦਾ ਉੱਥੇ ਵੀ ਕਿਤੇ ਰਹਿੰਦੇ ਹੀ ਹੋਗੇ ਕੁਆਟਰਾਂ 'ਚ। ਸਿੱਖ ਨੂੰ ਅਜੇ ਭਰੋਸਾ ਨਹੀਂ ਬਣ ਰਿਹਾ ਵੀ ਅਨੰਦਪੁਰ ਸਾਹਿਬ ਆਪਣੇ ਆਪ 'ਚ ਹੀ ਐਡਰੈਸ ਆ, ਨਹੀਂ ਪਤਾ ਲੱਗਾ। ਅਨੰਦਪੁਰ ਸਾਹਿਬ ਆਪਣੇ ਆਪ ਵਿੱਚ ਹੀ ਐਡਰੈਸ ਆ, ਸੰਪੂਰਨ ਐਡਰੈਸ ਆ, ਅਧੂਰਾ ਨਹੀਂ। ਵੀ ਇਹਦਾ ਮਕਾਨ ਨੰਬਰ ਦੇਣਾ ਪੈਂਦਾ, ਤਖ਼ਤ ਦਾ ਮਕਾਨ ਨੰਬਰ ਕੀ ਦਿਓਗੇ? ਥੱਲੇ ਜਿਹੜੇ ਕਮਰੇ ਸਾਰਿਆਂ ਦੇ ਨੰਬਰ 1, 2, 3, 4, 5, 6, 7 ਕਮਰੇ ਹੈਗੇ ਆ, ਮਗਰ ਤਖ਼ਤ ਦਾ ਕੀ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਵੀ ਕੋਈ ਨੰਬਰ ਲੱਗਾ ਹੈ? ਉਹ ਐਡਰੈਸ ਆ ਪੱਕਾ ਜਿੰਦ ਦਾ, ਜੈਂ ਡੇਰਾ ਤੈਂ ਜਾਣ। ਆਖਿਆ ਉਹਦਾ ਕੀ ਆ? ਕਹਿੰਦੇ ਉਹ ਡੇਰਾ ਕਾ ਸੰਜਮੋ, ਉਸ ਡੇਰੇ ਦੀ ਮਰਿਆਦਾ। ਇਹਨਾਂ ਡੇਰਿਆਂ ਦੀ ਤਾਂ ਆਪਣੀਆਂ ਆਪਣੀਆਂ ਮਰਿਆਦਾ ਨੇ ਨਾ। ਗੁਰ ਕੈ ਸ਼ਬਦ ਪਛਾਣ, ਗੁਰੂ ਦੇ ਸ਼ਬਦ ਵਿੱਚੋਂ ਲੱਭੀ ਉਹਦੀ ਮਰਿਆਦਾ ਉਸ ਡੇਰੇ ਦੀ। ਜਿਹੜਾ ਅਸਲੀ ਡੇਰਾ ਹੈ ਨਾ, ਉਹਦੀ ਮਰਿਆਦਾ ਗੁਰੂ ਦੇ ਸ਼ਬਦ ਵਿੱਚੋਂ ਲੱਭੂਗੀ। ਕਹਿੰਦੇ ਇਹ ਆ ਡੇਰਾ ਜਿਹੜਾ ਇੱਥੇ ਤੇਰਾ ਘਰ ਆ, ਕੋ ਸਰਮ ਕਰ ਕਰ ਲੈ, ਮਿਹਨਤ ਕਰ ਕਰਕੇ ਇਹਨੂੰ ਬਣਾਉਂਦਾ ਰਹਿਣਾ ਹੈ ਇਸ ਘਰ ਨੂੰ। ਤੁਸੀਂ ਵੀ ਲਿਆ, ਰਣਜੀਤ ਸੋਹਣਾ ਨੇ ਵੀ ਲਿਆ। ਇਹ ਆ ਡੇਰਾ ਕੋ ਸਰਮ ਕਰ ਕਰ ਲੈ, ਮਿਹਨਤ ਕਰ ਕਰਕੇ ਇੱਕ ਘਾਲਣਾ ਘਾਲਦਾ ਵੀ ਮੈਂ ਇੱਕ ਘਰ ਬਣਾ ਲਿਆ ਇਸ ਦੁਨੀਆਂ 'ਤੇ ਵੀ। ਅਤੇ ਕਹਿੰਦੇ ਜਾ ਕਾ ਤਸੂ ਨਹੀਂ ਸੰਗ ਚੱਲੇ, ਜਿਹਦਾ ਇੱਕ ਰਤੀ ਮਾਤਰ ਵੀ ਨਾਲ ਨਹੀਂ ਜਾਣੀ ਉਹ ਡੇਰੇ ਲਈ ਤੂੰ ਆਨਾ। ਇਹ ਮੇਰਾ ਡੇਰਾ, ਜਿੱਥੇ ਐਡਰੈਸ ਦਿੰਦਾ ਆਹ ਮੇਰਾ ਘਰ ਦਾ ਐਡਰੈਸ ਆ ਜੀ। ਆਇਓ ਕਦੀ ਭਾਅ ਜੀ, ਕਦੀ ਆਖਿਆ? ਇਹ ਵੀ ਕਦੀ ਆਖਿਆ ਕਿ ਹਾਂ ਰਾਜ, ਹਾਂ ਆਇਓ ਕਦੀ ਭਾਅ ਜੀ ਮੇਰਾ ਐਡਰੈਸ, ਕਦੀ ਆਇਓ ਉੱਥੇ ਦਰਸ਼ਨ ਕਰਿਓ। ਅਤੇ ਇਹ ਜਿਹੜੇ ਤੇਰੇ ਘਰ ਆਉਣਗੇ ਨਾ, ਨਾ ਇਹਨਾਂ ਦਾ ਕੋਈ ਭਲਾ ਨਾ ਤੇਰਾ ਭਲਾ, ਇੰਨੀ ਗਰੰਟੀ ਹੈ। ਜਿਹੜਾ ਉਸ ਤੇਰੇ ਘਰ 'ਚ ਗਿਆ, ਕੁਲਾਂ ਤਾਰ ਕੇ ਆ ਗਿਆ, ਜਾਂਦੇ ਨੂੰ ਹੁਕਮਨਾਮਾ ਦਿੱਤਾ, ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਵੇਖ ਮੇਰੇ ਗੁਰੂ ਦੇ ਘਰ ਦੇ ਐਡਰੈਸ ਦੀਆਂ ਵਡਿਆਈਆਂ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ, ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਧਰ ਹੈ, ਇੱਕ ਸ਼ਬਦ ਲਿਵਲਾਏ। ਪੁੱਤਰਾ ਆ ਗਿਆ ਨਾ ਘਰ 'ਚ, ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹੜੇ ਵਸਾਉਂਦੇ ਨੇ। ਇਹ ਉਹ ਘਰ ਦੀ ਕਹਾਣੀ, ਅਨੰਦਪੁਰ ਸਾਹਿਬ ਜਿਹੜਾ ਜਾਊਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਾ ਕਾ ਤਸੂ ਨਹੀਂ ਸੰਗ ਚੱਲੈ, ਉਹ ਆ ਡੇਰਾ ਕੀ ਸੋ ਮਿਤ ਜਾਨੇ, ਕੇਸਗੜ੍ਹ ਸਾਹਿਬ ਦੀ ਉਹ ਆ ਡੇਰਾ ਕੀ ਮਰਿਆਦਾ, ਮਿਤ ਮਣੇ ਮਰਿਆਦਾ। ਜਾ ਕੋ ਦ੍ਰਿਸ਼ਟ ਪੂਰਨ ਭਗਵਾਨੇ, ਜਿੱਥੇ ਪੂਰਨ ਭਗਵਾਨ ਦੀ ਪੂਰੀ ਦ੍ਰਿਸ਼ਟੀ ਪਈ ਹੋਈ, ਉਹ ਸ੍ਰੀ ਕੇਸਗੜ੍ਹ ਸਾਹਿਬ ਦੀ ਮਰਿਆਦਾ ਜਾਣਦਾ ਹੈ। ਕਿਉਂਕਿ ਅੰਮ੍ਰਿਤ ਕਿੱਥੋਂ ਬਣਿਆ? ਸ੍ਰੀ ਕੇਸਗੜ੍ਹ ਸਾਹਿਬ ਤੋਂ। ਹੁਣ ਅੱਗੇ ਤਾਂ ਸ਼ਾਖਾ ਨੇ ਆਪੋ ਆਪਣੀਆਂ ਮਰਿਆਦਾ ਵੀ ਤਾਂ ਆਪੋ ਆਪਣੀਆਂ ਬਣਾ ਲਈਆਂ ਨਾ ਭਾਅ ਜੀ। ਸਾਡੇ ਮਹਾਂਪੁਰਸ਼ ਵੇਖੋ, ਅੰਮ੍ਰਿਤ ਗੁਰੂ ਦਾ, ਮਰਿਆਦਾ ਮਹਾਂਪੁਰਸ਼ ਦੀ, ਨਹੀਂ ਫੜ ਰਹੇ? ਨਹੀਂ ਨਹੀਂ ਤੁਸੀਂ ਉਹ ਗੱਲ ਹੀ ਨਹੀਂ ਫੜੀ, ਇੰਨਾ ਤਾਂ ਕਹਿਣਾ ਹੀ ਨਹੀਂ ਸੀ ਪੈਣਾ। ਹਾਂ ਬਈ, ਅੰਮ੍ਰਿਤ ਅਤੇ ਮਰਿਆਦਾ ਬਣਦੀ ਗੱਲ ਕੋਈ? ਜੇ ਅੰਮ੍ਰਿਤ ਗੁਰੂ ਦਾ ਅਤੇ ਮਰਿਆਦਾ ਵੀ ਗੁਰਮਰਿਆਦਾ ਹੋਊ, ਜਿਹਨੂੰ ਆਪਾਂ ਗੁਰਮਰਿਆਦਾ ਕਹਿੰਦੇ ਹਾਂ,
ਪਰਸੋਂ ਇੱਕ ਟੀ ਵੀ ਵਾਲਾ ਬੋਲਣ ਡਿਆ ਸੀ ਵੀ ਜਿਹੜਾ ਨਾਨਕਸ਼ਾਹੀ ਕੈਲੰਡਰ ਤੁਹਾਡਾ ਰੱਦ ਕਰਤਾ ਹੈ ਨਾ, ਹੁਣ ਇਹ ਦੁਬਾਰਾ ਪੱਤਾ ਖੇਡਣ ਲੱਗੇ ਨੇ, ਉਹਨੂੰ ਚਾਲੂ ਕਰਨ ਲੱਗੇ ਨੇ। ਮੈਂ ਕਹਿੰਦਾ ਤੂੰ ਪੱਤਾ ਹੀ ਖੇਡ ਲਾ ਭਰਾਵਾ, ਉਸ ਵਾਰ ਉਹ ਕੈਲੰਡਰ ਚਾਲੂ ਕਰ ਦੇ, ਸਾਰੀ ਕੌਮ ਇੱਕ ਝੰਡੇ ਥੱਲੇ ਆ ਜਾਏ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਾਲ ਜੁੜ ਜਾਏ ਸਾਰੀ ਕੌਮ। ਪੱਤਾ ਹੀ ਖੇਡ ਲਾ, ਚੱਲ ਤੂੰ ਪੱਤਾ ਹੀ ਖੇਡ ਲਾ, ਮਰਿਆਦਾ ਇੱਕ ਹੋਵੇ। ਇੱਥੇ ਵੇਖੋ ਲਿਖਿਆ, ਉਹ ਆ ਡੇਰਾ ਕੀ ਸੋ ਮਿੱਤ ਜਾਣੇ, ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਮਰਿਆਦਾ ਹੈ ਉਹ ਜਾਣੂਗਾ, ਜਾ ਕੋ ਦ੍ਰਿਸ਼ਟ ਪੂਰਨ ਭਗਵਾਨ ਹੈ, ਜਿਹਦੇ 'ਤੇ ਪੂਰਨ ਭਗਵਾਨ ਦੀ ਦ੍ਰਿਸ਼ਟੀ ਹੋਈ, ਉਹ ਕਹੂਗਾ ਮੈਂ ਜਿੱਥੋਂ ਅੰਮ੍ਰਿਤ ਛਕਿਆ ਮਰਿਆਦਾ ਵੀ ਉੱਥੋਂ ਦੀ ਮੰਨੂ। ਡੇਰਾ ਨੇਚਲ ਜਿਹੜਾ ਸਦਾ ਰਹਿਣ ਵਾਲਾ, ਸੱਚ ਸਾਧ ਸੰਗ ਪਾਇਆ, ਆਹ ਜਿਹੜਾ ਸਤਸੰਗਤ ਆ ਨਾ ਇਹ ਨੇਚਲ ਡੇਰਾ ਹੈ, ਇਹ ਸੰਦੀਪ ਕਾਲ ਲਈ ਰਹਿਣ ਵਾਲਾ ਹੈ। ਸਾਰਾ ਕੁਝ ਖਤਮ ਹੋ ਸਕਦਾ, ਸਤਸੰਗਤ ਖਤਮ ਨਹੀਂ ਹੋ ਸਕਦੀ। ਸਤਸੰਗਤ ਰਹੀ ਸਤਯੁਗ ਤੋਂ ਲੈ ਕੇ ਰਹੀ, ਰਾਮ ਜਪੋ ਜੀ, ਕੋਈ ਜਪਦਾ ਹੀ ਸੀ ਤਾਂ ਗੱਲ ਕੀਤੀ ਹੈ ਨਾ। ਡੇਰਾ ਨੇਚਲ ਸੱਚ ਸਾਧ ਸੰਗ ਪਾਇਆ, ਜਿਹਨੂੰ ਮਿਲ ਗਿਆ ਨਾਨਕ ਤੇਜਨ ਨਹਿ ਡੁਲਾਇਆ। ਪਹਿਲੋਂ ਕੀ ਕਿਹਾ ਸੀ, ਜਿਹਨੇ ਉਹ ਡੇਰੇ 'ਤੇ ਆਪਣਾ ਸੰਬੰਧ ਬਣਾ ਲਿਆ ਨਾ ਉਹ ਫਿਰ ਡੋਲਿਆ ਨਹੀਂ। ਕਿਹੜਾ ਡੇਰਾ ਦੱਸੋ ਭਲਾ? ਅਨੰਦਪੁਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਜਿਹਨੇ ਡੇਰਾ ਬਣਾ ਲਿਆ ਆਪਣੀ ਸੁਰਤ 'ਚ, ਨਾਨਕ ਤੇਜਨ ਨਹਿ ਡੁਲਾਇਆ। ਫੈਸਲਾ ਦੇਤਾ ਨਾ ਅਰਦਾਸ ਜੂ ਕੀਤੀ ਸੀ, ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ, ਵੀ ਮੈਂ ਆਪਣਾ ਹੱਥ ਦੇ ਕੇ ਮੈਨੂੰ ਡੋਲਣ ਤੋਂ ਰੱਖ ਲਾ। ਪਿੱਛੇ ਜਾ ਕੇ ਉਹਨੇ ਸਾਰੀ ਗੱਲ ਸੁਣਾ ਕੇ ਆਖਿਆ, ਡੇਰਾ ਨੇਚਲ ਜਿਨ੍ਹਾਂ ਦਾ ਬਣ ਗਿਆ, ਨੇਚਲ ਸਦਾ ਰਹਿਣ ਵਾਲਾ, ਸੱਚ ਸਾਧ ਸੰਗ ਪਾਇਆ, ਸੱਚੀ ਸਤਸੰਗਤ 'ਚ ਉਹਨੇ ਡੇਰਾ ਬਣਾ ਲਿਆ, ਨਾਨਕ ਤੇਜਨ ਨਹਿ ਡੁਲਾਇਆ, ਉਹ ਸੇਵਕ ਫਿਰ ਕਦੀ ਡੋਲਦਾ ਨਹੀਂ, ਉਹਨੂੰ ਰੱਬ ਨੇ ਡੋਲਣ ਤੋਂ ਬਚਾ ਲਿਆ। ਅੰਮ੍ਰਿਤ ਛਕੋ, ਜਿਨ੍ਹਾਂ ਨੇ ਨਹੀਂ ਛਕਿਆ ਗੁਰੂ ਵਾਲੇ ਬਣੋ, ਅੰਮ੍ਰਿਤ ਵੇਲੇ ਉੱਠਿਆ ਕਰੋ। ਰੋਜ਼ ਬੇਨਤੀਆਂ ਕਰਦਾ, ਸਮੇਂ ਦਾ ਪਤਾ ਨਹੀਂ, ਰਾਤੀ ਸ਼ਬਦ ਪੜਿਆ ਸੀ, ਜੋ ਦਿਨ ਆਵੇ ਇੱਕ ਹੋਰ ਲੰਘ ਗਿਆ, ਕੱਲ੍ਹ ਨਾਲੋਂ ਇੱਕ ਹੋਰ ਲੰਘ ਗਿਆ। ਅੱਜ ਜੇ ਸੁੱਤੇ ਰਹੇ ਨਾ ਸੋਚਿਆ, ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਉਹਦੀ ਖਬਰ ਹੀ ਨਹੀਂ ਭਾਅ ਜੀ, ਮੈਨੂੰ ਤਾਂ ਇਹਦੀ ਖਬਰ ਹੀ ਨਹੀਂ ਸੀ ਕੋਈ ਵੀ ਆਹ ਕੁਝ ਹੋ ਜਾਣਾ ਹੈ, ਅਤੇ ਪਤਾ ਨਹੀਂ ਕਿੱਦਣ ਆਏ ਪਰੇ ਧਰਮ ਰਾਏ ਕੇ ਵਿੱਚੇ ਤੂਮਾਂ ਤੂੰ, ਵਿੱਚੇ ਰੌਲੇ ਰੱਪੇ ਦੇ, ਉਹਨਾਂ ਨੇ ਧਿਆਨ ਕੇ ਆ ਹੀ ਜਾਣਾ ਹੈ, ਫਿਰ ਉਹਨਾਂ ਨੇ ਕਿਹੜਾ ਛੱਡਣਾ ਹੈ। ਗੁਰੂ ਕਿਰਪਾ ਕਰੇ ਤੁਹਾਨੂੰ, ਤੁਹਾਡੀ ਅਤੇ ਮੇਰੀ ਅੱਖ ਖੁੱਲ੍ਹੇ, ਵੀ ਗੁਰੂ ਤੋਂ ਬਿਨਾਂ ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਸਮਝ ਨਹੀਂ ਆਉਣੀ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧੇਰੇ 'ਚ ਆਈ ਅਤੇ ਹਨੇਰੇ 'ਚ ਚੱਲ ਜੂਗੀ ਜੀਵਾਤਮਾ, ਅੰਧਕਾਰ ਵਿੱਚ ਦੀਵਾ ਜਗਾਉਣ ਦੀ ਜ਼ਰੂਰਤ ਆ, ਅੰਧਕਾਰ ਤਿਹ ਨਾਸਾ ਜਿੱਥੇ ਦੀਵਾ ਜਗੂਗਾ। ਗੁਰੂ ਦੇ ਸ਼ਬਦ ਦਾ ਦੀਵਾ ਜਗਾਓ, ਅੰਮ੍ਰਿਤ ਛਕੋ, ਅੰਮ੍ਰਿਤ ਵੇਲੇ ਉੱਠੋ, ਰੱਬ ਦਾ ਨਾਮ ਜਪੋ, ਸਾਰਿਆਂ ਦਾ ਭਲਾ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।